ਸ਼ੇਰ-ਏ-ਪੰਜਾਬ 600 AM ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਹ ਹੈ ਦਾ ਨਵਜੋਤ ਟਲੰਗ ਸ਼ੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਿਆ ਅੱਜ ਫ੍ਰਾਈਡੇ ਫ੍ਰਾਈਡੇ ਅਕਸਰ ਹਲਕੀਆਂ-ਫੁਲਕੀਆਂ ਗੱਲਾਂ-ਬਾਤਾਂ ਕਰਦੇ ਹੁੰਦੇ ਆ ਪਰ ਬਹੁਤ ਵਾਰ ਇਹ ਹੁੰਦਾ ਹੈ ਕਿ ਜਦੋਂ ਕੋਈ ਖਾਸ ਦਿਨ ਹੁੰਦਾ ਹੈ ਤੇ ਕੋਸ਼ਿਸ਼ ਕਰਦੇ ਆ ਕਿ ਉਸ ਦਿਨ ਬਾਰੇ ਜ਼ਰੂਰ ਗੱਲਬਾਤ ਕੀਤੀ ਜਾਵੇ ਤੇ ਇਸ ਵਾਰੀ ਸਵੱਬ ਦੇ ਨਾਲ ਜਿਹੜਾ ਫ੍ਰਾਈਡੇ ਹੈ ਬੇਸ਼ੱਕ ਕੋਈ ਖਾਸ ਦਿਨ ਨਹੀਂ ਹੈ ਜਿਹੜਾ ਮੈਂ ਕਹਾ ਕਿ ਅੰਤਰਰਾਸ਼ਟਰੀ ਲੈਵਲ ਤੇ ਬਣਾਇਆ ਜਾਂਦਾ ਹੋਵੇ ਜਾਂ ਗਲੋਬਲ ਪੱਧਰ ਦੇ ਉੱਤੇ ਬਣਾਇਆ ਜਾ ਰਿਹਾ ਹੋਵੇ ਪਰ ਆਉਂਦੇ ਦਿਨਾਂ ਦੇ ਵਿੱਚ ਯਾਨੀ ਐਤਵਾਰ ਨੂੰ ਸੰਡੇ ਨੂੰ ਖਾਸ ਦਿਨ ਹੈ ਉਹ ਹੈ ਇੰਟਰਨੈਸ਼ਨਲ ਡਾਟਰਸ ਡੇ ਉਸ ਦਿਨ ਹੀ ਪ੍ਰੋਗਰਾਮ ਨਹੀਂ ਹੁੰਦਾ ਸੋ ਅੱਜ ਇਸ ਦਿਨ ਦੇ ਸਿਲਸਿਲੇ ਦੇ ਵਿੱਚ ਇੱਕ ਕੋਸ਼ਿਸ਼ ਕਰ ਰਹੇ ਹਾਂ ਕਿ ਅੱਜ ਦਾ ਪ੍ਰੋਗਰਾਮ ਥੋੜਾ ਵੱਖਰੇ ਅੰਦਾਜ਼ ਦੇ ਵਿੱਚ ਪੇਸ਼ ਕੀਤਾ ਜਾਏ ਇੰਟਰਨੈਸ਼ਨਲ ਡਾਟਰਸ ਡੇ ਦੇ ਮੌਕੇ ਤੇ ਤੁਹਾਨੂੰ ਅਸੀਂ ਐਡਵਾਂਸ ਦੇ ਵਿੱਚ ਬਹੁਤ-ਬਹੁਤ ਮੁਬਾਰਕਾਂ ਦਿੰਦੇ ਹਾਂ ਸੋ ਇਹ ਹੈਗਾ ਤਾਂ ਐਤਵਾਰ ਨੂੰ ਆ 26 ਸਤੰਬਰ ਨੂੰ ਇੰਟਰਨੈਸ਼ਨਲ ਡਾਟਰਸ ਡੇ ਹੈ ਜਿਹੜਾ ਸਤੰਬਰ ਮਹੀਨੇ ਦੇ ਚੌਥੇ ਐਤਵਾਰ ਨੂੰ ਹਰ ਸਾਲ ਮਨਾਇਆ ਜਾਂਦਾ ਹੈ ਵੈਸੇ ਵਕ ਵਕ ਦੇਸ਼ਾਂ ਦੇ ਵਿੱਚ ਵਕ ਵਕ ਦਿਨ ਵੀ ਮਿੱਥੇ ਗਏ ਹੈਗੇ ਆ ਔਰ ਬਹੁਤ ਸਾਰੇ ਇਹੋ ਜਿਹੇ ਦਿਨ ਹੈਗੇ ਆ ਜਿਹੜੇ ਕੁੜੀਆਂ ਦੇ ਲਈ ਔਰਤਾਂ ਦੇ ਲਈ ਮਨਾਇਆ ਜਾਂਦਾ ਹੈ इवन ਆਪਾਂ ਜੇ ਆਪਾਂ ਯੂਨਾਈਟਿਡ ਨੇਸ਼ਨਸ ਦੀ ਗੱਲ ਕਰ ਲੈਂਦੇ ਆ ਯੂਨਾਈਟਿਡ ਨੇਸ਼ਨਸ ਵੱਲੋਂ 8 ਮਾਰਚ ਦਾ ਦਿਨ ਹੈ ਇੰਟਰਨੈਸ਼ਨਲ ਔਰਮਨ ਡੇ ਦੇ ਤੌਰ ਤੇ ਮਨਾਇਆ ਜਾਂਦਾ ਹੁਣ ਆਉਂਦੇ ਦਿਨਾਂ ਦੇ ਵਿੱਚ ਇੱਕ ਹੋਰ ਖਾਸ ਦਿਨ ਆ ਰਿਹਾ ਹੈ 11 ਅਕਤੂਬਰ ਦਾ ਦਿਨ 11 ਅਕਤੂਬਰ ਦਾ ਦਿਨ ਵੀ ਗਰਲ ਚਾਈਲਡ ਡੇ ਦੇ ਤੌਰ ਤੇ ਮਨਾਇਆ ਜਾਣਾ ਇੰਟਰਨੈਸ਼ਨਲ ਗਰਲ ਚਾਈਲਡ ਡੇ ਜਾਂ ਇੰਟਰਨੈਸ਼ਨਲ ਡੇ ਆਫ ਗਰਲ ਚਾਈਲਡ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਇਹ ਇਹੋ ਜਿਹੇ ਦਿਨ ਕਿਉਂ ਮਨਾਏ ਜਾਂਦੇ ਆ ਕਿਉਂ ਆਬਜ਼ਰਵ ਕੀਤੇ ਜਾਂਦੇ ਆ ਅੱਜ ਖਾਸ ਕਰਕੇ ਜੇ ਮੈਂ ਇੰਟਰਨੈਸ਼ਨਲ ਡਾਟਰਜ਼ ਡੇ ਦੀ ਗੱਲ ਕਰਾਂ ਇਹਦੇ ਤੇ ਆਪਾਂ ਫੋਕਸ ਕਰਦੇ ਹਾਂ ਪਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਇਕੱਲੀ ਨਹੀਂ ਆ ਮੇਰੇ ਨਾਲ ਸ਼ਾਮਿਲ ਹੋ ਰਹੀ ਹੈ ਮੇਰੀ ਆਪਣੀ ਬੇਟੀ ਬਾਣੀ ਢਿੱਲੋਂ ਬਾਣੀ ਵੈਲਕਮ ਹੈਲੋ ਹੈਲੋ ਅ ਅੱਜ ਇਹ ਮੇਰੇ ਨਾਲ ਸ਼ੋਅ ਕੋ ਹੋਸਟ ਕਰੇਗੀ ਕੁਝ ਗੱਲਾਂ ਬਾਤਾਂ ਸਾਡੀਆਂ ਅਜ ਮਾਵਾਂ ਧੀਆਂ ਦੀਆਂ ਹੋਣਗੀਆਂ ਤੇ ਕੁਝ ਅਸੀਂ ਸਿਰਫ ਤੇ ਸਿਰਫ ਧੀਆਂ ਬਾਰੇ ਯਾਨੀ ਡਾਟਰਸ ਬਾਰੇ ਵੀ ਗੱਲਾਂ ਬਾਤਾਂ ਕਰਾਂਗੇ ਬਾਣੀ ਅੱਜ ਇੰਟਰਨੈਸ਼ਨਲ ਡਾਟਰਸ ਡੇ ਹੈ ਸੋ ਆਰ ਯੂ ਰੈਡੀ ਕਿ ਆਪਾਂ ਦੋਨੋਂ ਇਕੱਠੇ ਸ਼ੋ ਹੋਸਟ ਕਰੀਏ ਯਾ ਮਰਵਿਸ ਲੱਭੇ ਨਵਸਾ ਹਮਮ ਕੋਈ ਗੱਲ ਨਹੀਂ ਮਮਾ ਦੇ ਨਾਲ ਹੀ ਬੈਠੇ ਹੋ ਨਾ ਇੰਟਰਨੈਸ਼ਨਲ ਡਾਟਰਸ ਡੇ ਬਾਰੇ ਥੋੜਾ ਜਿਹਾ ਮੈਂ ਗੱਲ ਕਰਨ ਤੋਂ ਪਹਿਲਾਂ ਇਹ ਦੱਸਣਾ ਚਾਹੁੰਨੀ ਆ ਕਿ ਇਹ ਦਿਨ ਤਾਂ ਮਨਾਏ ਜਾਂਦੇ ਆ ਤਾਂ ਕਿ ਰੋਜ਼-ਰੋਜ਼ ਅਸੀਂ ਇਹ ਜਿਹੜੇ ਗੱਲਾਂ ਨੇ ਜਿਹੜੇ ਸੁਨੇਹੇ ਨੇ ਉਹ ਇੱਕ ਦੂਸਰੇ ਤੱਕ ਪਹੁੰਚਾਉਣੇ ਭਾਵੇਂ ਭੁੱਲ ਜਾਂਨੇ ਆ ਘਟੋ ਘਟ ਸਾਲ ਬਾਅਦ 6 ਮਹੀਨੇ ਬਾਅਦ ਇਹ ਗੱਲ ਜੇ ਹੁੰਦੀ ਹੈ ਤਾਂ ਇਹ ਚੱਲਦੀ ਰਹਿਣੀ ਚਾਹੀਦੀ ਹੈ ਇਹ ਜਿਹੜਾ ਦਿਨ ਹੈ ਇਹਦੀ ਸ਼ੁਰੂਆਤ ਕੀਤੀ ਗਈ ਇੰਡੀਆ ਤੋਂ ਹੀ ਹੁਣ ਜਿਹੜੇ ਅੰਕੜੇ ਨੇ ਉਹ ਕੀ ਦੱਸਦੇ ਨੇ ਇੰਡੀਆ ਉਹ ਮੁਲਕ ਹੈ ਜਿੱਥੇ ਕੁੜੀਆਂ ਦੀ ਧੀਆ ਦੀ ਕੰਜਕਾਂ ਦੇ ਰੂਪ ਦੇ ਵਿੱਚ ਪੂਜਾ ਕੀਤੀ ਜਾਂਦੀ ਹੈ ਕੰਨਿਆ ਕਿਹਾ ਜਾਂਦਾ ਹੈ ਦੇਵੀਆਂ ਕਿਹਾ ਜਾਂਦਾ ਪਰ ਆਇਰਨੀ ਇਸ ਗੱਲ ਦੀ ਹੈ ਕਿ ਇੰਡੀਆ ਉਹ ਮੁਲਕ ਵੀ ਹੈ ਜਿੱਥੇ ਮਾਵਾਂ ਦੀਆਂ ਕੋਖਾਂ ਦੇ ਵਿੱਚ ਧੀਆ ਜਿਹੜੀਆਂ ਉਹ ਸਭ ਤੋਂ ਵੱਧ ਮਾਰੀਆਂ ਜਾਂਦੀਆਂ ਅੰਕੜੇ ਬਹੁਤ ਅਲਰਮਿੰਗ ਨੇ ਇਸੇ ਕਰਕੇ ਜਿਹੜੀ ਉੱਥੇ ਦੀ ਸੈਕਸ ਰੇਸ਼ੋ ਹੈ ਉਹ ਵੀ ਕੋਈ ਵਧੀਆ ਨਹੀਂ ਹੈ ਖੁਸ਼ ਕਰਨ ਵਾਲੀ ਨਹੀਂ ਹੈ Uh, 2016 ਤੋਂ 2018 ਦੇ ਦਰਮਿਆਨ ਇੰਡੀਆ ਦੇ ਵਿੱਚ 1000 ਦੇ ਪਿੱਛੇ 899 ਕੁੜੀਆਂ ਸਨ ਜਾਂ ਔਰਤਾਂ ਸਨ ইউনাইটেড ਨੇਸ਼ਨਸ ਦੀ ਇੱਕ ਰਿਪੋਰਟ ਹੈ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੀ ਆ ਕਿ 2013 ਤੋਂ 2017 ਦੇ ਦਰਮਿਆਨ ਭਾਰਤ ਵਿੱਚ ਹਰ ਸਾਲ 4.6 ਲੱਖ ਬੱਚੀਆਂ ਜਨਮ ਵੇਲੇ ਹੀ ਮਿਸਿੰਗ ਯਾਨੀ ਲਾਪਤਾ ਕਰਾਰ ਦਿੱਤੀਆਂ ਜਾਂਦੀਆਂ ਉਹਦਾ ਰੀਜ਼ਨ ਇਹੀ ਹੈ ਕਿ ਸੈਕਸ ਸਿਲੈਕਸ਼ਨ ਕੀਤੀ ਜਾਂਦੀ ਹੈ ਮੁੰਡੇ ਨੂੰ ਪ੍ਰੀਫਰੈਂਸ ਦਿੱਤੀ ਜਾਂਦੀ ਹੈ ਤੇ ਯੂਨਾਈਟਿਡ ਨੇਸ਼ਨਸ ਦੀ ਹੀ ਇਹ ਰਿਪੋਰਟ ਦੱਸ ਰਹੀ ਹੈ ਕਿ ਇੰਡੀਆ ਵਿੱਚ ਪਿਛਲੇ 50 ਸਾਲਾਂ ਦੌਰਾਨ 4.6 ਕਰੋੜ ਔਰਤਾਂ ਲਾਪਤਾ ਹੋਈਆਂ ਸੋ ਯੂਨਾਈਟਿਡ ਨੇਸ਼ਨਸ ਪੋਪੂਲੇਸ਼ਨ ਫੰਡ ਦੀ ਸਟੇਟ ਆਫ ਵਰਲਡ ਪੋਪੂਲੇਸ਼ਨ 2020 ਦੀ ਰਿਪੋਰਟ ਦੇ ਮੁਤਾਬਕ ਗਲੋਬਲੀ 14.2 ਕਰੋੜ ਔਰਤਾਂ ਲਾਪਤਾ ਹੋ ਚੁੱਕੀਆਂ ਨੇ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਬੱਚੀਆਂ ਹੁੰਦੀਆਂ ਨੇ ਸੋ ਓਵਰਆਲ ਜੇ ਆਪਾਂ ਗੱਲ ਕਰੀਏ ਇਸ ਰਿਪੋਰਟ ਦੇ ਮੁਤਾਬਕ ਦੁਨੀਆ ਭਰ ਦੇ ਵਿੱਚ ਪਿਛਲੀ 50 ਸਾਲਾਂ ਦੇ ਦੌਰਾਨ 142.6 ਮਿਲੀਅਨ ਫੀਮੇਲਸ ਮਿਸਿੰਗ ਹੋਈਆਂ ਜੇ ਭਾਰਤ ਵੱਲ ਦੇਖੀਏ ਤਾਂ 45.8 ਮਿਲੀਅਨ ਉੱਥੋਂ ਦੀਆਂ ਕੁੜੀਆਂ ਔਰਤਾਂ ਗਾਇਬ ਹੋਈਆਂ ਤੇ ਚਾਈਨਾ ਦੇ ਵਿੱਚ 72. 3 ਮਿਲੀਅਨ ਇਹ ਨੰਬਰ ਹੈ ਸੋ ਇਸ ਦਿਨ ਦੀ ਮਹੱਤਤਾ ਇਸ ਕਰਕੇ ਵੀ ਵੱਧ ਜਾਂਦੀ ਹੈ ਕਿ ਅਸੀਂ ਜਿਹੜੀਆਂ ਆਪਣੀਆਂ ਬੇਟੀਆਂ ਆ ਉਹਨਾਂ ਨੂੰ ਕਿਵੇਂ ਸੁਰੱਖਿਅਤ ਰੱਖਣਾ ਕਿਵੇਂ ਬਚਾ ਕੇ ਰੱਖਣਾ ਉਸ ਤੋਂ ਵੀ ਪਹਿਲਾਂ ਬੱਚੀਆਂ ਦਾ ਜਿਹੜਾ ਜਨਮ ਹੈ ਉਹ ਸੁਰੱਖਿਅਤ ਬਣਾਉਣਾ ਬੱਚੀਆਂ ਦੀ ਮਾਂ ਦੀ ਕੁੱਖ ਦੇ ਵਿੱਚ ਵੀ ਸੁਰੱਖਿਅਤ ਨਹੀਂ ਹੈ ਤਾਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਤੇ ਕਿੰਨੀ ਇਸ ਵਿਸ਼ੇ ਬਾਰੇ ਗੱਲਬਾਤ ਕਰਨ ਦੀ ਲੋੜ ਹੈ ਬਹੁਤ ਕੁਝ ਬਦਲ ਚੁੱਕਾ ਹੈ ਬੇਸ਼ੱਕ ਬਦਲ ਚੁੱਕਾ ਹੈ ਪਰ ਸਾਰਾ ਕੁਝ ਨਹੀਂ ਬਦਲਿਆ ਅੱਜ ਮੇਰੇ ਨਾਲ ਮੇਰੀ ਆਪਣੀ ਬੇਟੀ ਬਾਣੀ ਬਾਣੀ ਮੈਂ ਇੱਕ ਵਾਰੀ ਫਿਰ ਕੰਗ੍ਰੈਚੂਲੇਟ ਕਰਦੀ ਹਾਂ ਤੁਹਾਨੂੰ ਇੰਟਰਨੈਸ਼ਨਲ ਡਾਟਰਜ਼ ਡੇ ਦੇ ਉੱਤੇ ਮੇਰੀ ਬੇਟੀ 10 ਸਾਲ ਦੀ ਹੈ ਕਹਿੰਦੀ ਕਿ ਥੋੜੀ ਜਿਹੀ ਮੈਂ ਨਰਵਸ ਹਾਂ ਬੇਟਾ ਕੀ ਕਹਿਣਾ ਚਾਹੁੰਦੇ ਹੋ ਸਮਥਿੰਗ ਅਬਾਊਟ ਇੰਟਰਨੈਸ਼ਨਲ ਵਿਮਨਸ ਇੰਟਰਨੈਸ਼ਨਲ ਡਾਟਰਜ਼ ਡੇ ਦਾ ਲਾਈਕ ਡਾਟਰਜ਼ ਆ ਰੀਲੀ ਸ਼ੁੱਡ ਬੀ ਹੈਪੀ ਫੋਰ ਥਿਸ ਡੇ ਟੂ ਬੀ ਏ Day that we celebrate for our child, especially the daughter ones, mm -hmm. and it's just better if we can talk about all the things mm -hmm. that happened to them, that the goods and bads, to have better awareness and to make things a bit better, mm -hmm. hopefully, soon. Mm -hmm. Mm -hmm. ਸੋ ਤੁਸੀਂ ਹੈਵ ਯੂ ਏਵਰ ਆਬਜ਼ਰਵਡ ਜਦੋਂ ਤੁਹਾਨੂੰ ਲੱਗਦਾ ਕਿ ਵੀ ਕੋਈ ਫਰਕ ਕੀਤਾ ਜਾਂਦਾ ਡਿਸਕ੍ਰਿਮੀਨੇਸ਼ਨ ਕੀਤੀ ਜਾਂਦੀ ਹੈ ਬॉयਜ਼ ਐਂਡ 걸ਜ਼ ਦੇ ਵਿੱਚ ਜਾਂ ਇਹ ਇਟਸ ਸਿਰਫ ਗੱਲਾਂ ਹੀ ਆ ਤੁਹਾਨੂੰ ਲੱਗਦਾ ਕਿ ਨੋ देयर ਇਜ਼ ਨਾਥਿੰਗ ਲਾਈਕ ਦੈਟ ਇਨ ਕੈਨੇਡਾ देयर ਇਜ਼ ਹਾਂ ਵਾਟ ਇਜ਼ ਦੈਟ ਬਟ ਆ ਵਿਸ਼ देयर ਵਾਜ਼ਨਟ ਹਾਂ ਸੀ ਇਟਸ ਲਾਈਕ ਦੈਸ ਥਿੰਗਸ ਦੈਟ ਆਰ ਲਾਈਕ Most people say that oh, boys can do this, girls can do this. only girls can do this, boys can't do that. Mm -hmm. They're telling the difference between boys and girls, but in objects Atcha. as in like if mm -hmm. suppose I wanted to wear one of my brother's t-shirts mm -hmm. and he said yes, mm -hmm. he gave it to me uh -huh. and I wore the t-shirt and then I went outside for a walk and then somebody said, that i have the same t-shirt at home that's a boy's t-shirt So you shouldn't be wearing that mm -hmm. and i'm like um, confused because i don't know what to say so then i go home and change my clothes mm -hmm. see that was an example but it didn't really happen what do you think what do you think yeah because like i'm uh huh it's i don't know if everybody feels this way but when i go on walks alone with my dog around the neighborhood mm -hmm. i get scared that i'm going to get kidnapped somehow mhm mm cuz only because of my gender acha yeah eh lagda kade hm mm hm eh main mm -hmm. eh gal pehli wari sun rahi ha meri beti ne kade mere naal share nahi kiti eh gal so bachcha tusi eh mamma naal share kyon nahi kita kade gal eh jadon eh feel hunda hai maybe somebody can uh, kidnap you akitasi ao uh, kal di gall mm hun -hmm. mm hun -hmm. uh, ab main sun wale ne kal hor dasna chahundi ha uh, ki assi kal main bahut wari koshish kiti ki bani de naal baith ke program nu no assi plan kar sakiye and uh, this was uh, the one thing which surprised me and main is gall nu no utthe zyada tul nahi ditti zyada main focus nahi kita ਮੈਨੂੰ ਹੈਰਾਨੀ ਵੀ ਹੋਈ ਹੈ ਇਹ ਗੱਲ ਸੁਣ ਕੇ ਪਰ ਜੇ ਇੱਕ ਬੱਚੀ ਇਹ ਗੱਲ ਮਹਿਸੂਸ ਕਰਦੀ ਹੈ ਇਹਦਾ ਡਰ ਕਿੱਥੋਂ ਆਇਆ ਮੇਰੇ ਲਈ ਇਹ ਜ਼ਰੂਰ ਵੱਡਾ ਚੈਲੰਜ ਹੈ ਮੈਸੇਜ ਹੈ ਕਿ ਬੱਚੀ ਦਾ ਇਹ ਡਰ ਦੂਰ ਕੀਤਾ ਜਾਵੇ ਇਸ ਤੋਂ ਇਲਾਵਾ ਬਾਣੀ ਦੇ ਨਾਲ ਜਦੋਂ ਮੈਂ ਕੱਲ ਬੈਠ ਕੇ ਅਸੀਂ ਪ੍ਰੋਗਰਾਮ ਪਲਾਨ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਪਲਾਨ ਨਹੀਂ ਕਰ ਸਕੇ ਮੈਂ ਸਾਰੇ ਸੁਣਨ ਵਾਲਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਅੱਜ ਦਾ ਹੀ ਪ੍ਰੋਗਰਾਮ ਟੋਟਲੀ ਸਾਡਾ ਅਨਪਲਾਨਡ ਅਨਪ੍ਰੀਪੇਅਰਡ ਪ੍ਰੋਗਰਾਮ ਹੈ हां मेरे मन दे विच बार-बार उत्सुकता जरूर हो रही सी की कि की गल्लां कीतीयां जानगियां किधर नु साडी गल चलेगी पर अस्सी ना बहुत ही गल कर सकियां ना किसे रिजल्ट ते पहुंच सकियां हां जी बानी मैं टीचर सर यू नो अस टू टेल द पीपल इफ इट्स अनप्रिपर्ड और नॉट ओके सो आज मैं ता हुन दस देता वी वर डूइंग प्रेजेंटेशंस एट स्कूल एंड दे वर लाइक um दिस इज टोटली लास्ट मिनट एंड जस्ट लाइक डोंट टेल देम इट्स लास्ट मिनट Just, but just don't just say it. You're not supposed to mention it. Then what difference will it make if we mention I don't know, but she said so. Uh-huh. Okay. What else do you want to say today? Because you're co-hosting. For the first time, you're hosting a show right? <laughs> How are you feeling? Yeah, I've, I've never hosted it, but I've been in this seat talking before. Uh-huh. <laughs> I feel weird. I'll tell you. When I hosted show host the first mm -hmm. saal ho More than 14 years. More than 14 years, any more than 25 years. You sound like a teacher. They're like, <laughs> oh, I've been teaching for more than 25 years, and this is how I get treated from you guys. Uh-huh. Sound like a teacher. Uh-huh. Uh, Tonpataka, mama ki kardea. Mama di job ki hoji. I don't want to interview you. My interview is still at I, I know what your job is you have i'm um, thinking two jobs uh-huh so one of them is here you work as a radio host and the other one is uh you're like a life coach mm -hmm. i'm thinking mm -hmm. yeah which one is more interesting lagda. the life coach life coach one mm -hmm. life coach the ki meaning you coach the life <laughs> i coach it's the just life in the title uh-huh uh-huh you coach the life uh Mande which kadi onda ki maybe would uh, a show host, banonghi radio no. host. Never? No. Why not? I don't want to. <laughs> you don't like it? I mean I feel like sometimes I know in my life would just lead me here, but I don't like wanna do it. uh -huh. I wouldn't be like, Oh, when I get older, I wanna do this job. Like I would never really say that. But I feel like life could like lead me to this position, maybe. Mm-hmm. Just mm -hmm. depends on the future. Mm-hmm. I have a surprise for you. Are you ready for that? Yeah. <laughs> Hello. Hello. Bunny. Hello. Yes. Hello Bunny. Is it Mama? Yes. <laughs> Bunny, uh, I love you Bunny. I'm I'm so happy to, you know, uh, hearing you from radio and you are so confident always. And uh, both of you are doing an amazing job and bunny i want to say on this uh, special day international women day international daughters, daughters day. day daughters day daughters day yeah yeah and you are the best daughter in the world and i love you the most who is this <laughs> it's mamu tej mamu oh wait, so wait. you already said mamu wait he has daughters too <laughs> <laughs> uh, uh you have daughters too and yes, you love her know. the yes. most best huh? daughter, best daughter in the i love my daughters i have i have two daughters i love my daughters uh -huh. you are the most special for me because you were born on the day when i reached canada and i, I know that i know that you are so special for me for that reason and uh, i i always love the way you carry yourself and the confidence you have and uh, i wish you great luck for future i think you're going to do amazing things in your life bani i love you thank you <laughs> thank you eh hey, sanji nav khela bani de mama ji so bani tusi co host kar rahe ho assi kuch calls vi leni aa are you ready to talk to the callers yep mhm mm for sure hello hanji uh, komal sandhu ji toronto to call kar rahe komal hello bani ਕੇ ਬਾਨੀ ਤੁਸੀਂ ਸ਼ਾਇਦ ਮੈਨੂੰ ਨਹੀਂ ਜਾਣਦੇ ਪਰ ਤੁਸੀਂ ਉਹਨਾਂ ਬੱਚਿਆਂ ਚੋਂ ਜੇ ਉਹਨਾਂ ਬੱਚਿਆਂ ਚੋਂ ਜੇ ਜਿਨ੍ਹਾਂ ਨੂੰ ਮੈਂ ਕਦੀ ਮਿਲੀ ਨਹੀਂ ਆ ਪਰ ਜਿਨ੍ਹਾਂ ਨੂੰ ਮੈਂ ਬਹੁਤ ਛੋਟੇ ਹੁੰਦੇ ਤੋਂ ਵੱਡੇ ਹੁੰਦੇ ਦੇਖ ਰਹੀਆਂ ਜਿਨ੍ਹਾਂ ਨੂੰ ਮੈਂ ਦੇਖ ਰਹੀਆਂ ਕਿ ਉਹ ਇੱਕ ਇੱਕ ਚੀਜ਼ ਆਪਣੇ ਪੇਰੈਂਟਸ ਨਾਲ ਆਪਣੇ ਮਦਰਸ ਨਾਲ ਕਿਵੇਂ ਤੁਸੀਂ ਆਪਣੇ ਮਦਰ ਦਾ ਮੇਕਓਵਰ ਕਰਦੇ ਜਦੋਂ ਤੁਸੀਂ ਆਪਣੀ ਮਦਰ ਨਾਲ ਟਾਈਮ ਸਪੈਂਡ ਕਰਦੇ ਤੁਸੀਂ ਕਦੀ ਕਦੀ ਪਹਿਲਾਂ ਵੀ ਤੁਸੀਂ ਆ এনवायरमेंट ਨੂੰ ਸੇਵ ਕਰਨ ਲਈ ਆਈਸੀ ਮੈਦਨ ਨੂੰ ਸੁਣਿਆ ਸੀਗਾ ਤੇ ਯੂ ਆਰ ਵਨ ਆਫ ਦੋਸ ਚਾਈਲਡ ਜਿਹੜੇ ਆਪਣੇ ਆਪ ਬਹੁਤ ਪਿਆਰ ਲੈਂਦੇ ਆ ਤੇ ਮੈਨੂੰ ਇਹ ਤੁਹਾਨੂੰ ਸ਼ਾਇਦ ਦੇ ਸਰਪ੍ਰਾਈਜ਼ਿੰਗ ਲੱਗੂਗਾ ਕਿ ਤੁਹਾਡਾ ਬਰਥਡੇ ਨਵੰਬਰ ਚ ਹੁੰਦਾ ਹੈ ਤੇ ਮੈਨੂੰ ਯਾਦ ਹੁੰਦਾ ਹੈ ਕਿ ਬਾਣੀ ਦਾ ਬਰਥਡੇ ਆਉਣ ਵਾਲਾ ਆ See you, bunny. parents are welcome. I mean, celebrate celebrate And on this daughter's day, uh, uh, lots of love from me. And I wish that every daughter is celebrated like you. Uh, so keep I shining. Know. You are the star. I also uh, heard my mom was getting a phone from you yesterday or today, maybe. And then I saw oh, who's this person? So I just went upstairs. <laughs> I I just saw your name <laughs> on on my mom's phone, right? And my mom oh. picked it up and then I went upstairs to prepare for the show. Mm. Mm -hmm. Oh, okay, yeah. See, so you and me we Does know Oh yeah. I put air quotes on prepare because I prepared a little bit only. Hmm. Okay, no, that's fine. But you, um, I saw you. You are very confident, and you have uh, uh, so much going on. This energy will, your own energy will navigate you to your destination one day. Good luck, Bani. Thank you. Bye. Thank you, Komal. Thank you bye so bye. much. Thank bye. you. No problem. Bani, so far, how are you uh, I'm actually. Good. I'm getting kind of comfortable. Mm -hmm. I'm thinking now we can talk about of some of our bonding relationships. Sure. Karugal. gal. Keho so, bond ya mama di daughter me and you have a bond that's kind of weird. Mm -hmm. Like I don't know how I feel about it, mm -hmm. but I like it mm -hmm. because it's like a normal parent wouldn't do it. Like a normal parent would be like. Hi, do you What do you want for breakfast? Oh, waffles? Oh, yeah, for sure. Let me just go to the store and grab milk real quickly. And then you are like, Do you want waffles? I'm like, Yeah, I want waffles. And you say that. <laughs> <laughs> that oh, no, do <laughs> <because of> Waffles <laughs> 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 Uh, fruit color, apple color, orange, huh? Now iron Iron huh? Orange juice nut. That tastes like blood. I hate that. Achha, uh -huh. It's just the way you do it. Okay. Or, but that day, bonding feel hundiye, jah, nahi feel hundiye, jeh, orange khalo, banana khalo. I know, but I hate when you say that. Then me nu kida kena Like you should say that. Oh, do you want waffles? Then I will say, Yeah, I want waffles. And then you'll be, Oh, waffles? We can't make that. I'm so sorry, but I can make you like a really cool face in and in oranges mm -hmm. with your two iron supplements as eyeballs mm -hmm. and a little strawberry nose. Like that would be cool to eat fruits that way. I have. No Just never oh, nobody mainu kade vi nahi dassya ki supplements is tarah supplements khane ya ha na for supplements but like fruits and general you've made faces for me before ha kade banaya kade lunch de vich vi faces bana ke ditta never never but you put hearts in my um uh -huh. sandwiches and do you appreciate that yeah i like that uh -huh. my friends are like oh it's so cute and then i'm like yeah it is mm -hmm. then how do you feel about mama at that time i like it mm -hmm.

ਹਾਂਜੀ ਸੁਖਵੰਤ ਜੀ ਹੈਲੋ ਹੈਲੋ ਸੁਖਵੰਤ ਜੀ ਤੁਹਾਡੀ ਆਵਾਜ਼ ਨਹੀਂ ਪਹੁੰਚ ਪਾ ਰਹੀ ਮੇਰੇ ਤੱਕ ਹੈਲੋ ਮਾਫੀ ਚਾਹੁੰਦੀ ਹਾਂ ਜੀ ਕਾਲ ਦੁਬਾਰਾ ਕਰ ਸਕਦੇ ਨੇ ਨਹੀਂ ਇਹਨਾਂ ਦੀ ਆਵਾਜ਼ ਨਹੀਂ ਮੇਰੇ ਤੱਕ ਪਹੁੰਚੀ ਓਕੇ ਲੈਟਸ ਟਾਕ ਅਬਾਊਟ ਦਾ ਡਾਟਰਸ ਅਗੇਨ ਹਰ ਇੱਕ ਜਿਹੜੀ ਬੱਚੀ ਆ ਹਰ ਇੱਕ ਬੱਚੀ ਆ ਉਹ ਡਾਟਰ ਆ ਕਿਸੇ ਨਾ ਕਿਸੇ ਦੀ ਇਜ਼ ਆ ਰਾਈਟ ਸਾਡੀਆਂ ਆਪਣੀਆਂ ਫਰੈਂਡਸ ਵੀ ਹੈਗੀਆਂ ਬੀਇੰਗ ਅ ਡਾਟਰ ਤੁਸੀਂ ਕਦੇ ਆਪਣੇ ਐਕਸਪੀਰੀਐਂਸਸ ਸ਼ੇਅਰ ਕਰਦੀਆਂ ਇੱਕ ਦੂਸਰੇ ਦੇ ਨਾਲ ਯਾ ਕਿ ਹਾਊ ਦੇ ਆਰ ਟ੍ਰੀਟਡ ਇਨ देयर ਹੋਮਸ ਕਿੰਨਾ ਪਿਆਰ ਮਿਲਦਾ ਉਹਨਾਂ ਨੂੰ ਉਹਨਾਂ ਦੇ ਮਮ ਡੈਡ ਦਾਦਾ ਦਾਦੀ ਨਾਨਾ ਨਾਨੀ ਮਾਮਾ ਮਮੀ ਚਾਚਾ ਚਾਚੀ ਸਾਰੇ ਕਦੇ ਗੱਲ ਨਹੀਂ ਕਰਦੀਆਂ ਵੀ ਡੋਟ ਜੋਕ ਅਰਾਊਂਡ ਵਿਦ ਦੇ ਵੀ ਡੋਟ ਲਾਈਕ ਐਕਚੁਅਲੀ ਲਾਈਕ ਕਦੇ ਗੱਲ ਨਹੀਂ ਕਰਦੀਆਂ ਵੀ ਡੂ ਹਮ ਹਮ ਵੀ ਜਸ ਲਾਈਕ ਜੋਕ ਅਰਾਊਂਡ ਲਾਈਕ ਹਮ ਹਮ ਵੀ ਲਾਈਕ ਓ ਸੋ like oh my grandpa took me to the store yesterday uh -huh. right most people would be embarrassed to go with their grandpa but actually i wasn't because my grandpa was really funny and stuff and, and then they say that and stuff. so ni like, yeah we're like having fun we don't like make fun of you we're not like oh my god uh, blah 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 my mom okay like, I, I, do see uh, mom dad very bad stuff talk ni No. okay ਆ ਆਪਣੇ ਲਿਸਨਰਸ ਨਾਲ ਆਪਾਂ ਗੱਲ ਕਰਦੇ ਹਾਂ ਸੁਖਵੰਤ ਕੌਰ ਜੀ ਹਾਂ ਜੀ ਨਵਜੋਤ ਜੀ ਸਾਤਰੀਕ ਆ ਸਾਤਰੀਕਾਲ ਜੀ ਹਾਂ ਜੀ ਆਵਾਜ਼ ਆ ਰਹੀ ਹੈ ਨਾ ਬਿਲਕੁਲ ਆ ਰਹੀ ਹੈ ਹਾਂ ਜੀ ਆ ਰਹੀ ਹੈ ਹਾਂ ਜੀ ਤੁਹਾਨੂੰ ਇੰਟਰਨੈਸ਼ਨਲ ਡਾਟਰਸ ਦੇ ਤੇ ਮੁਬਾਰਕਾਂ ਦੀ ਬਹੁਤ-ਬਹੁਤ ਜੀ ਸ਼ੁਕਰੀਆ ਤੇ ਬੇਟੀ ਵਾਨੀ ਨੂੰ ਬਹੁਤ-ਬਹੁਤ ਪਿਆਰ ਮੈਂ ਤਾਂ ਬੇਟੀ ਵਾਨੀ ਨੂੰ ਉਸ ਦਿਨ ਦੇਖਿਆ ਸੀ ਜਿਸ ਦਿਨ ਮੈਂ ਰੇਡੀਓ ਸਟੇਸ਼ਨ ਤੇ ਸੁਪਰ ਫੈਨ ਦੇ ਤੌਰ ਤੇ ਮਿਲਾਇਆ ਸੀ ਜੀ ਤੇ ਬਹੁਤ ਕਿਊਟ ਬੇਟੀ ਹੈ ਤੁਹਾਡੀ ਬੜੀ ਵੈਲ ਡਿਸਪਲਾਈਨਡ ਹੈ ਚੁੱਪਚਾਪ ਬੈਠੀ ਹੋਈ ਸੀ ਤੁਸੀਂ ਭਾਵੇਂ ਆਪਣੀ ਡਿਊਟੀ ਕਰਨ ਚ ਬਿਜ਼ੀ ਸੀਗੇ ਪਰ ਇਹ ਵੱਡੇ ਬੱਚਿਆਂ ਦੀ ਤਰ੍ਹਾਂ ਬਿਹੇਵ ਕਰ ਰਹੀ ਸੀ ਤੁਸੀਂ ਹੁਣ ਵੀ ਦੇਖਿਓ ਕੀ ਕਰ ਰਹੀ ਐ ਇਸ ਟਾਈਮ ਵੀ ਮੈਨੂੰ ਨਾ ਮੈਂ ਇਹ ਤਾਂ ਨਹੀਂ ਪੁੱਛੀ ਪਰ ਮੈਨੂੰ ਇੰਜ ਲੱਗਦਾ ਕਿ 8-9 ਸਾਲ ਦੇ ਵਿੱਚ ਸੀ ਇੰਨੀ ਕੀ ਮੈਨੂੰ ਏਜ ਲੱਗੀ ਆ ਛੋਟੀ ਲੱਗੀ ਸੀ ਜੀ 10 ਸਾਲ ਦੀ ਬੇਟੀ ਐ ਇਹ ਸੁਖਮਤੀ ਸ਼ੁਕਰੀਆ ਤੁਹਾਡਾ ਹਾਂਜੀ ਤੇ ਮੇਰੀ ਨਾ ਇਹ ਵੇ ਮਹਿਵਾਨੀ ਦੇ ਨਾਲ ਤੇ ਤੁਹਾਡੇ ਨਾਲ ਇੱਕ ਸਨੈਪ ਵੀ ਹੋਈ ਸੀ ਹਾਂਜੀ ਉਹ ਮੈਨੂੰ ਅੱਜ ਯਾਦ ਆ ਗਿਆ ਕਿ ਵਾਨੀ ਨਾਲ ਤੇ ਮੇਰੀ ਫੋਟੋ ਵੀ ਲੱਤੀ ਹੈ ਨਾਲ ਜੈਸਮੀਨ ਸੀ ਉਹ ਇੰਟਰਨੈਸ਼ਨਲ ਫੁੱਟਬਾਲਰ ਪਲੇਅਰ ਹਾਂਜੀ ਬਿਲਕੁਲ ਉਹਨੂੰ ਤੁਸੀਂ ਉਸ ਦਿਨ ਸੱਦ ਕੇ ਇਥੇ ਸਟੇਸ਼ਨ ਤੇ ਅਪਰੀਸ਼ੀਏਟ ਕੀਤਾ ਸੀਗਾ ਹਾਂਜੀ ਤੇ ਮੈਨੂੰ ਉਹ ਫੋਟੋ ਵੀ ਇਹਦੀ ਨਾਲ ਹੀ ਸੈਂਡ ਕਰ ਦਿਓ ਹੈ ਥੈਂਕ ਯੂ ਥੈਂਕ ਯੂ ਸੋ ਮਾਚੀ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਪਿਆਰ ਬੇਟੀ ਜਿਨ੍ਹਾਂ ਦੀ ਮੰਮੀ ਇੰਨੀ ਵਧੀਆ ਹਨ ਬੱਚੇ ਕਿਉਂ ਨਾ ਇੰਨੇ ਪਿਆਰੇ ਹੋਣਗੇ ਹੈ ਯਾ ਪਾਣੀ ਥੈਂਕ ਯੂ ਯਾ ਓਕੇ ਬਾਨੀ ਅਨਦਰ ਸਰਪ੍ਰਾਈਜ਼ ਫॉर ਯੂ ਵੇਟ ਮਮ ਹਾਂਜੀ ਯੂ ਸੈਡ ਮਾਈ ਏਜ ਰੋਂਗ ਆਮ 10 ਐਂਡ ਹਾਫ ਓਕੇ ਓਕੇ ਥੈਟ ਰੀਲੀ ਮੇਡ ਮੀ ਆਮ ਸੌਰੀ ਅਬਾਊਟ ਥੈਟ ਬੀ ਮੈਡ ਐਂਡ ਆਮ ਕਰੰਟਲੀ ਨਾਟ ਓਕੇ you're currently <laughs> not, <laughs> okay so di di thank you for that okay correction gayi? now is it fine yeah okay uh, surprise caller le liye? <laughs> can you guess who that could be probably mm-hmm yes they're not talking hello hello I know who this is. Who is this? This is it my father. You're welcome, Dadney. Bani, I love you. You know, know, you are the best. I you, know. you born with, you born with talent. You are a like, um, God gifted, talented girl. You know, we are a movie companion. <laughs> Bani, emotional ho hai, pata? <laughs> oh, Bani, seriously? <laughs> See, Bani, emotional hoga yeah. Mm -hmm. ਹਾਂਜੀ ਹੋਰ ਗੱਲ ਕਰੋ ਤੁਸੀਂ ਬਾਣੀ ਦੈਟਸ ਓਕੇ ਓਕੇ ਓ ਵਾਓ ਵਾਓ ਬਾਣੀ ਦੈਟਸ ਓਕੇ ਦੈਟਸ ਓਕੇ ਬਾਣੀ ਏਟਸ ਓਕੇ ਹਾਂਜੀ ਇੰਦਰੀ ਗੱਲ ਪੂਰੀ ਕਰੋ ਆਪਣੀ ਤੁਸੀਂ ਹਾਂਜੀ ਬਾਣੀ ਦੇ ਆਉਣ ਦਾ ਨਾ ਲਾਈਫ ਬਹੁਤ ਜ਼ਿਆਦਾ ਚੇਂਜ ਹੋ ਗਈ ਏ ਜਦੋਂ ਵੀ ਮੈਂ ਘਰ ਹੁੰਦਾ ਜਿੰਨਾ ਮਰਜੀ ਥੱਕਿਆ ਹੋਆ ਇਹਨੇ ਆ ਕੇ ਮੇਰੇ ਵੇਟ ਕਰਨੀ ਕਰਨੀ ਆ ਤੇ ਫਰਾਈਡੇ ਨੂੰ ਤਾਂ ਬਸ ਸਮਝੋ ਕਿ ਮੇਰਾ ਪੱਕਾ ਮੂਵੀ ਟਾਈਮ ਆ ਮੈਂ ਵਿੱਚੋਂ ਭਾਵੇਂ ਬਚਦਾ ਫਿਰਾਂ ਪਰ ਏ ਤਾਂ ਮੈਸ ਮੈਨੂੰ ਕਹਿੰਦੀ ਵੀ ਮੂਵੀ ਦੇਖਣੀ ਦੇਖਣੀ ਆ ਵੀ ਆਰ ਲਾਈਕ ਮੂਵੀ ਬੋਡੀਜ਼ ਯਾ ਯੂ ਨੋ ਬਾਣੀ ਯਾ ਵੀ ਵਾਚ ਅਮ ਇਵਰੀ ਪ੍ਰਿੰਸੈਸ ਮੂਵੀ ਦੈਟ ਕਮਸ ਆਉਟ ਵੀ ਆਲਵੇਜ਼ ਵਾਚ ਪ੍ਰਿੰਸੈਸ ਮੂਵੀ ਮਹ ਹ ਅਟੋ ਹੁਣ ਬਾਣੀ ਇੱਕ ਗੱਲ ਦੱਸੋ ਪਾਪਾ ਨਾਲ ਗੱਲ ਹੋ ਰਹੀ ਆ ਰੋਣਾ ਕਿਉਂ ਆਇਆ ਆਈ ਡੋ ਨੋ ਸੋ ਯੂ ਹੈਵ ਅ ਸਪੈਸ਼ਲ ਬੌਂਡ ਵਿਦ ਹਿਮ ਐਜ਼ ਵੈਲ ਰਾਈਟ ਹੈਨਾ ਸੋ ਬਾਣੀ ਵਾਟਸ ਵਾਟਸ ਯੂ ਪਲਾਨ ਫॉर ਟੁਨਾਈਟ ਨਾਊ ਟੁਡੇ ਇਸ ਫਰਡੇ ਆਈ ਗੈਸ ਯਾ can Watch that movie that I asked you last week. Okay. <laughs> okay. Thank you so <laughs> much. Thank you. Thank you. Bye. I love you, Bunny. Take Bye, care. I love you. Meenu Babaji. Bunny, next caller is another auntie. Okay. And it is for Bunny only. I just want to talk to her. Bunny, for the things you said just now, I love them. <laughs> <laughs> I love the way you are so honest drink or your lunch to be and you are really you were brutally honest. I love this <laughs> you know, totally I'm never not yeah. honest. Anytime I'm always like uh like I don't like this cup, or I'm like, oh that's your new t shirt. I don't like it. I'm totally yeah. honest. You know why bunny how why I understand you so well because I'm dealing with you know preschool children for last twenty years, oh, and I know, yeah. I know how you have to be with your little kids, how they want their your attention, how the parents they need your attention, and whatever you want. You uh, uh, like you said, I love that. You know, this is what our children say in preschool when they <laughs> when they say that I don't like what Mama sent me in lunch. You mm. know, she should. Work. My, my preschool yeah. teacher, right? Every time I see her, I'm like, I miss you so much. I'm so bored in grade six. Please take yeah. me back. Because <laughs> we used to have nap time and they gave us crackers. Hmm. Yeah, I know. This is what we do in our, our preschools, you know? Uh, the kids are so happy with us because we really uh, take care of each and every child. You know, we give them uh, individual attention and that's what kids look for. Okay. that's why. ਮੀਨੂ ਬਾਬਾ ਜੀ ਗੱਲਾਂ ਤੁਹਾਡੇ ਜਿੰਨੀ ਕਰਦੀ ਹੈ ਵੀ ਤੁਸੀਂ ਭਾਵੇਂ ਸਾਰਾ ਦਿਨ ਅਜ ਲੱਗੇ ਰਹੇ ਦਿਨ ਆ ਪਿਆਰੀ ਹੋ ਜੀ ਇਸ ਰੈਲੀ ਕੋਫੀ ਚ ਇਸ ਰੈਲੀ ਵੈਰੀ ਸਵੀਟ ਆ ਗੋਡ ਬlesਸਰ ਥੈਂਕ ਯੂ ਸੋ ਮੱਚ ਥੈਂਕ ਯੂ ਥੈਂਕ ਯੂ ਅੱਜ ਦੇ ਪ੍ਰੋਗਰਾਮ ਚ ਬਾਣੀ ਯੂ نو ਵਾਟਸ ਡਿਫਰੈਂਟ ਹੈ ਅੱਜ ਬਹੁਤ ਡਿਫਰੈਂਟ ਚੀਜ਼ ਏ ਹੋ ਰਹੀ ਆ ਬਹੁਤ ਸਾਰੀਆਂ ਆਂਟੀਆਂ ਕਾਲ ਕਰ ਰਹੀਆਂ ਮੈਂ ਸਾਰੀਆਂ ਆਂਟੀਆਂ ਨੂੰ ਰਿਕਵੈਸਟ ਕਰਦੀ ਰਹੀ ਨਹੀਂ ਆ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਕਾਲ ਕਰਿਆ ਕਰੋ ਤੁਸੀਂ ਕਾਲ ਕਰਿਆ ਕਰੋ ਬਹੁਤ ਘੱਟ ਆਂਟੀ ਕਾਲ ਕਰਦੀਆਂ ਪਰ ਅੱਜ ਬਹੁਤ ਸਾਰੀਆਂ ਆਂਟੀਆਂ ਕਾਲ ਕਰ ਰਹੀਆਂ ਨੈਕਸਟ ਲਿਸਨਰ ਨੇ ਸਾਡੇ ਰਣਜੀਤ ਕੌਰ ਜੀ ਸਤਿ ਸ਼੍ਰੀ ਅਕਾਲ ਵਧਾਈਆਂ ਨਵਜੋਤ ਅੱਜ ਬਾਣੀ ਆਈ ਹੈ ਜੀ ਇਹਦਾ ਫਸਟ ਟਾਈਮ ਆਈ ਹੈ ਇਹਨੂੰ ਕਿਹੋ ਜਿਹਾ ਲੱਗਿਆ ਬਾਣੀ ਦੱਸੋ ਹਏ ਬਾਣੀ ਹਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੇਟਾ ਕਿਹੋ ਜਿਹਾ ਲੱਗਿਆ ਤੁਹਾਨੂੰ ਕਿੱਦਾਂ ਲੱਗਦਾ ਕਹਿੰਦੇ ਅ ਮੈਂ ਕੋ-ਹੋਸਟਿੰਗ ਕਿ ਕੋ-ਹੋਸਟਿੰਗ ਕਿੱਦਾਂ ਲੱਗ ਰਹੀ ਹੈ ਬਸ ਆਹਾਂ ਤੁਹਾਰੇ ਜਾ ਥੋੜਾ ਜਿਹਾ ਲੱਗਦਾ ਥੋੜਾ 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 ਬਹੁਤ ਫਾਸਟ ਹੋ ਗਿਆ ਸੀ ਜਦ ਮੈਂ ਸਕੂਲੋਂ ਇਕਲੇ ਸੀ ਫਿਰ ਮਮਾ ਨੇ ਮੈਨੂੰ ਮੈਂ ਮਮਾ ਨੂੰ ਫੋਨ ਕੀਤਾ ਫਿਰ ਮੈਨੂੰ ਮਮਾ ਨੇ ਮੈਨੂੰ ਬੋਲਣ ਨਹੀਂ ਦਿੱਤਾ ਕਹਿੰਦੇ ਬੜੀ 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 ਗਾਸਨ ਕਿੰਨੀ ਚੰਗੀ ਗੱਲ ਰੋਮਨ ਕਹਿੰਦੇ ਜੋ ਕਨਾ ਸ਼ੋ ਹੋਸ ਮੇਰਾ ਕੋਹਸ ਐਂਡ ਆਮ ਲਾਈਕ ਹਾਏ ਹਾਏ ਉਹ ਕਿੰਨੀ ਚੰਗੀ ਗੱਲ ਹੈ ਮੈਂ ਤੇਰੀ ਮਮਾ ਦੀ ਆਂਟੀ ਹੈ ਸਕਰਫ ਵਾਲੀ ਹੈ ਰਿਮੈਂਬਰ ਆਂਟੀ ਉਹ ਜਿਨ੍ਹਾਂ ਨੇ ਸੌਕਸ ਤੇ ਸਕਰਫ ਬਣਾ ਕੇ ਦਿੱਤਾ ਸੀ ਬਹੁਤ ਤਨਜਾਦ ਕਰਕੇ इवन शी ਮੇਡ ਦਾ ਪੌਚ ਯੈਸ ਯੈਸ ਆਈ ਹੈਵ ਦੈਟ ਇਨ ਮਾਈ ਰੂਮ ਰਾਈਟ ਨਾਉ ਥੈਂਕ ਯੂ ਬੋਲੋ ਆਂਟੀ ਨੂੰ ਥੈਂਕ ਯੂ so much ਤੁਹਾਨੂੰ ਕਦੋਂ ਮੇਰੇ ਘਰ ਆਉਣਾ ਤੁਸੀਂ ਨਵਾਂ ਘਰ ਬਣਾਇਆ ਸੀ ਹੈ ਥੈਂਕ ਯੂ ਜੀ ਕੰਗ੍ਰੈਚੁਲੇਸ਼ਨਸ ਰਣਜੀਤ ਕੌਰ ਜੀ ਥੈਂਕ ਯੂ so you. much ਥੈਂਕ ਯੂ ਬਣੀ ਇੱਕ ਲਿਸਨਰ ਹੋਰ ਨੇ ਉਹ ਵੀ ਆਂਟੀ ਨੇ ਕੁਲਵੰਤ ਕੌਰ ਜੀ ਹਾਂਜੀ ਨਮੋ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂਜੀ ਡਾਕਟਰ ਦੇ 300 ਦਿਨ ਤੇ ਬਧਾਈਆਂ ਜੀ ਤੁਹਾਨੂੰ ਵੀ ਹਾਂਜੀ ਬੜਾ ਵਧੀਆ ਲੱਗਿਆ ਬਾਣੀ ਬਹੁਤ ਹੀ ਵਧੀਆ ਵਕਈ ਗੋਡ ਗਿਫਟਡ ਗਰਲ ਹੈ ਤੇ ਜੀ ਸ਼ੁਕਰੀਆ ਤੁਹਾਡਾ ਹਾਂਜੀ ਉਹ ਇੰਨੀ ਛੋਟੀ ਇਹ ਚ ਬੜਾ ਸੋਹਣਾ ਜਿੰਨਾ ਹੌਸਲਾ ਹੈ ਦਾ ਦੇਖੋ ਕੁਲਵੰਤ ਜੀ ਤੁਹਾਡੀਆਂ ਤੁਹਾਡੀਆਂ ਆਪਣੀਆਂ ਬੇਟੀਆਂ ਹੈਗੀਆਂ ਨਹੀਂ ਜੀ ਵਾਓ ਮੈਂ ਬਹੁਤ ਲਾਈਕ ਕਰਦੀ ਆ ਪਰ ਸੌਰੀ ਹਾਂ ਜੀ ਬੇਟੀ ਆ ਯੂ ਡੋਨਟ ਹੈਵ ਟੂ ਬੀ ਸੌਰੀ ਪਰ ਇਹ ਗੱਲ ਤਾਂ ਪੱਕੀ ਹੈ ਗ੍ਰੈਂਡਸਾਨਾ ਗ੍ਰੈਂਡ ਡਾਟਰ ਵੀ ਨਹੀਂ ਕੋਈ ਇਹ ਗੱਲ ਤਾਂ ਹੈਗੀ ਆ ਬਹੁਤ ਇੱਛਾ ਹੁੰਦੀ ਹੈ ਕਿ ਬੇਟੀ ਹਾਂ ਜੀ ਬਹੁਤ ਵਧੀਆ ਲੱਗਾ ਬਹੁਤ ਹੀ ਵਧੀਆ ਲੱਗਿਆ ਬਾਣੀ ਨੇ ਆਈ ਪਰ ਬਾਣੀ ਕਾੜੀ ਕਾੜੀ ਲਾਇਆ ਤੁਸੀਂ ਆਮ ਨਾਲ ਲਿਆਉਣਾ ਸੀ ਹੈ ਨਾ ਯਾ ਦੈਟਸ ਦੀ ਆ ਦੈਟਸ ਦੀ ਹੋਣੀ ਦੱਸੇ ਥੈਂਕ ਯੂ ਜੀ ਕੁਲਵੰਚੀ ਥੈਂਕ ਯੂ ਹਰਦੀਾਲ ਨਾਗਰਾ ਜੀ ਸਸਿਓ ਭੈਣ ਜੀ ਤੁਸੀਂ ਵੀ ਇੰਡੀਆ ਕਰਦੇ ਆ ਅੰਕਲ ਵੀ ਲੱਗਾ ਫੋਨ ਕਰਦਾ ਨੂੰ ਫੋਨ ਤੁਹਾਨੂੰ ਲੱਗਣਾ ਨਹੀਂ ਹੋਵੇ ਬੱਚੀ ਦੀ ਜੀ ਸ਼ੁਕਰੀਆ ਤੁਹਾਡਾ ਥੈਂਕ ਯੂ ਸੋ ਮੱਚ ਸੋ ਬਾਕੀ ਹੁੰਦਾ ਆਪਣਾ ਭੈਣ ਜੀ ਤੁਸੀਂ ਬੱਚੀ ਨੂੰ ਹੁਣ ਤਾਂ ਟ੍ਰੇਨ ਕਰਦੇ ਆ ਇਹ ਵੀ ਥੋੜੀ ਜਿਆਦਾ ਲੋਕ ਵੀ ਤੁਹਾਡਾ ਨਾਰੋਸ਼ਨ ਕਰੋਗੇ ਇਧਰ ਉਹ ਸ਼ੁਕਰੀਆ ਦੁਆਵਾਂ ਲਈ ਥੈਂਕ ਯੂ ਸੋ ਮੱਚ ਹਰਦੀਾਲ ਨਾਗਰਾ ਜੀ ਬਾਣੀ ਆਈ ਹੈਵ ਅ ਵੈਰੀ ਵੈਰੀ ਸਪੈਸ਼ਲ ਕਾਲ ਫॉर ਯੂ पता नहीं मैनू ने जो थोड़ा जा माइक दूँ मैनु दसो किड सब तो ज्यादा मेरे नीएम बिकोज बिकोज यू टोल्ड मी दैट आई एम कंफ्यूज अबाउट दैट बोंड है न हो दसो कि and uh, rahmat and my friends <laughs> and my mom <laughs> <laughs> <sharp> and lots of other people too okay okay let's see fir hun guess karo vi kon hoga tusi do naam laye ohna de vichon ik person hai is it nani <laughs> yes <laughs> ah. hello 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 <laughs> 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 haan ji haan ji mamma gal karo tusi hello <hats> haan ji haan ji ਬਾਣੀ ਸੁਣ ਰਹੀ ਆ ਤੁਹਾਨੂੰ ਬਾਣੀ ਸੁਣ ਰਹੀ ਆ ਬਾਣੀ ਇਮੋਸ਼ਨਲ ਹੋ ਰਹੀ ਆ ਬਹੁਤ ਸੁਣ ਕੇ ਪਹਿਲੇ ਪਹਿਲਾਂ ਤਾਂ ਮੈਨੂੰ ਇਹ ਬਹੁਤ ਮੁਬਾਰਕ ਆ ਤੁਹਾਨੂੰ ਬਹੁਤ ਬਹੁਤ ਬਾਣੀ ਅੱਜ ਪਹਿਲੀ ਵਾਰੀ ਪ੍ਰੋਗਰਾਮ ਕਰ ਰਹੀ ਆ ਮੈਨੂੰ ਬਹੁਤ ਖੁਸ਼ੀ ਹੋ ਰਹੀ ਆ ਇਹ ਦੀ ਬਾਤ ਸੁਣ ਸੁਣ ਕੇ ਮਮਾ ਬਾਣੀ ਹੈਲੋ ਹੈਲੋ ਨਾਨੀ ਨਾਨੀ ਤੁਸੀਂ ਵੀ ਤੇ ਆਜਾਓ ਤੁਸੀਂ ਵੀ ਮਮਾ ਦਾ ਇੰਟਰਵਿਊ ਕਰਾ ਲਿਓ ਤੁਸੀਂ ਨਾ ਮਮਾ ਨੂੰ ਇੰਟਰਵਿਊ ਕਰਿਓ ਸੋ ਤੁਹਾਡਾ ਸ਼ੋ ਇੱਕ ਦਿਨ ਲਈ ਹੋਊਗਾ ਤੇ ਤੁਸੀਂ ਮਮਾ ਨੂੰ ਇੰਟਰਵਿਊ ਕਰਿਓ ਉਹ ਬਾਣੀ ਤੁਸੀਂ ਤੁਸੀਂ ਇੱਕ ਦਿਨ ਦੋਨੋਂ ਕਰ ਲਿਓ ਬਾਣੀ ਦੋਨੋਂ ਕਰ ਲਿਓ ਤੁਸੀਂ ਠੀਕ ਆ ਯਾ ਮਾਈ ਬ੍ਰਦਰ ਸੈਡ ਦੈਟ ਯਾ ਬਾਣੀ ਤੁਸੀਂ ਮਮਾ ਨਾਲ ਅੱਧੀ-ਅੱਧੇ ਪ੍ਰੋਗਰਾਮ ਕਰਨਾਗ ਭਈ ਬੜੀ ਖੁਸ਼ੀ ਦੀ ਗੱਲ ਆ ਸੀ थैंक यू नानी थैंक यू नानी हां तू ਐਡੀ ਸੋਣੀ ਗੱਲ ਕਰਦੀ ਆ ਤੇਰੀ ਪੰਜਾਬੀ ਛੇਤੀ ਮੱਕ ਜਾਂਦੀ ਹੈ ਨਾਨੀ ਨੂੰ ਕਹੋ ਨਾਨੀ ਆਪਣੀ ਬੇਟੀ ਬਾਰੇ ਵੀ ਕੁਝ ਬੋਲ ਦਿਓ ਅ ਮੇਰੀ ਬੇਟੀ ਤਾਂ ਇਮੋਸ਼ਨਲ ਹੋ ਗਈ ਮम्मा व्हाई दो व्हाई डीड दैट्स ओके ਬਾਣੀ ਹਾਂ ਜੀ ਮੈਂ ਹਰ ਲਾਈਕ ਅ ਡੇ অর ਟੂ ਅ ਗੋ ਹਾਂ I <laughs> went <laughs> okay, uh, her, like huh? her like yesterday <laughs>

Uh, bani, tell uh, the listeners, know so who is Ramath? She's my best cousin ever. She's in my BCE. Uh huh. Basi Nigala? Yeah, she's like. What key plans together. Um, We're doing a lot of things, but I don't really know what's going to happen in the future. Anyway, hi. Hanji Ramath, what hi. do you want to say? Love you. Yeah, same to you. Okay. Ramath, what You're Sorry. doing great. yeah i said i said this, that to her last night so this we've been talking all day mama uh huh <laughs> we're uh -huh. going to do the same when we go home theek <coughs> hai <laughs> <coughs> <coughs> thank you beta uh, thank you rehmat <laughs> amrjit sandhu ji <coughs> haan ji navjot ji sat sri kaal te todi beti nu -uh vi sat sri kaal main te hun hi radio laaya -ja si te main kall suneya ve vekhna ki kon kon hai 250 -so, uh, badi khushi di gall hai ki oh te naal main ਇਹ ਬਹੁਤ ਵੱਡੀ ਗੱਲ ਕਮਾਂਗਾ ਵੀ ਤੁਸੀਂ ਜਿਹੜੀ ਇਹਨੂੰ ਨਾਲ ਪੰਜਾਬੀ ਸਿਖਾਉਂਦੇ ਹੋ ਪੰਜਾਬੀ ਜ਼ਰੂਰ ਬੋਲਦੀ ਰਹੋ ਬੇਟਾ ਬਹੁਤ ਵਧੀਆ ਤੂੰ ਗੱਲ ਕਰ ਰਹੀ ਆ ਤੇ ਬੇਟਾ ਪੰਜਾਬੀ ਨਾਲ ਚੱਗੇ ਤੇ ਦੂਜੀ ਗੱਲ ਇਹ ਵੀ ਮੈਂ ਇਹ ਕਮਾਂਗਾ ਤੇਰੀ ਲੰਬੀ ਓਵਰ ਹੋਵੇ ਤੇ ਤੇਰੀ ਸਟੱਡੀ ਜਿਹੜੀ ਹੈਗੇ ਵੀ ਪ੍ਰਮਾਤਮਾ ਤੈਨੂੰ ਇਹਦੇ ਤੇ ਦਿਨ ਡੁੱਬਣੇ ਤੇ ਚੋਬਣੀ ਕਰੇ ਸੋ ਵੈਰੀ ਨਾਈਸ ਸੋ ਨਾਈਸ ਬਹੁਤ ਚੰਗਾ ਲੱਗਦਾ ਪਿਆ ਤੂੰ ਗੱਲ ਕਰ ਰਹੀ ਆ ਸੋ ਆਗਲੇ ਮਹੀਨੇ ਚ ਇੱਕ ਵਾਰੀ ਯਾ ਔਰ ਆਫਟਰ 2 ਮੰਥ ਔਰ ਵਾਟਾ मेन नु पहला मैं तुडी जोड़ी सलामत रहे ਔਰ ਗੱਲ ਨਾਲ ਇੱਕ ਹੋਰ ਹੋ ਗਈ ਹੁਣ ਟਿਖੜੀ ਸਲਾਮਤ ਰਹੇ ਜਿਵੇਂ ਕਹਿੰਦੇ ਹੁੰਦੇ ਨਾ ਹੁਣ ਨਾਨੀ ਵੀ ਆ ਗਈ ਤੇ ਟਿਖੜੀ ਸਲਾਮਤ ਰਹੇ ਅੱਛਾ ਜੀ ਉਹ ਜਿਵੇਂ ਇੱਕ ਪੰਜਾਬੀ ਚ ਕਹਿੰਦੇ ਹੁੰਦੇ ਨਾ ਉਹ ਪਤਾ ਨਹੀਂ ਕੀ ਗੱਲ ਕਹਦੇ ਹੁੰਦੇ ਪਰ ਮੈਨੂੰ ਉਹੀ ਕੁਦਰਤੀ ਚਤੇ ਆ ਗਿਆ ਆਈ ਡੋਟ نو ਵਾਈ ਉਹ ਕਹਿੰਦੇ ਉਹ ਉਹ ਕਹਿੰਦੇ ਹੁੰਦੇ ਚਾਹੇ ਬਾਪ ਦੇ ਬਾਪ ਦਾ ਬਾਪ ਆਵੇ ਕੁਛ ਐਂ ਕਹਿੰਦੇ ਹੁੰਦੇ ਆ ਤੇ ਮੈਂ ਇਸ ਤਰ੍ਹਾਂ ਹੀ ਗੱਲ ਕਰਦਾ ਦੇਖੋ ਆ ਬਾਣੀ ਬੇਟੇ ਮੈਂ ਪੰਜਾਬੀ ਚ ਗੱਲ ਕਰੂੰਗਾ ਮੈਂ ਇੱਧਰ ਦੇ ਬੱਚਾ ਨਾ ਅੰਗਰੇਜ਼ੀ ਚ ਗੱਲ ਨਹੀਂ ਕਰਦਾ ਆਪਣੇ ਬੱਚਾ ਨਾਲ ਮੈਂ ਗੋਰਾ ਕੋਈ ਆਵੇ ਅੰਗਰੇਜ਼ੀ ਚ ਗੱਲ ਕਰੂੰ ਮੈਂ ਵੀ ਚਾਰ ਪੰਜ ਭਾਸ਼ਾ ਬੋਲ ਲੈਣਾ ਪਰ ਇੱਧਰ ਦੇ ਬੱਚਾ ਨਾਲ ਮੈਂ ਅੰਗਰੇਜ਼ੀ ਵਗੈਰਾ ਦੀ ਗੱਲ ਨਹੀਂ ਕਰਦਾ ਹਿੰਦੂਆਂ ਦਾ ਬੱਚਾ ਤਾਂ ਹਿੰਦੀ ਚ ਗੱਲ ਕਰਦਾ ਪਰ ਮੈਂ ਸੋ ਤੇਰੇ ਨਾਲ ਮੈਂ ਪੰਜਾਬੀ ਪੰਜਾਬੀ ਸਮਝਦੀ ਆ ਬਾਣੀ ਹਾਂਜੀ ਹਾਂ ਮੈਂ ਇਸ ਕਰਕੇ ਸਪੈਸ਼ਲੀ ਜਿਵੇਂ ਪਹਿਲਾਂ ਵੀ ਜੀ ਕਹਿ ਕੇ ਗਏ ਆ ਵੀ ਬਹੁਤ ਇੰਪੋਰਟੈਂਟ ਆ ਤੁਹਾਡੇ ਲਈ ਜਾਦੇ ਬੈਟਰ ਚਾਂਸਸ ਹੋਣਗੇ ਜਿੰਨੇ ਜਾਦੇ ਜੇ ਤੁਹਾਡੀ ਮਾਂ ਨੂੰ ਪੰਜਾਬੀ ਨਾ ਆਉਂਦੀ ਤੁਹਾਡੀ ਮਾਂ ਨੂੰ ਰੇਡੀਓ ਸ਼ਾਪ ਇੱਥੇ ਜੋਬ ਹੀ ਨਹੀਂ ਸੀ ਮਿਲਣੀ ਤੇ ਜੋਬਾਂ ਹੋਰ ਮਿਲ ਜਾਣਗੀਆਂ ਪੰਜਾਬੀ ਤੋਂ ਬਿਨਾਂ ਨਹੀਂ ਰੇਡੀਓ ਸਟੇਸ਼ਨ ਤੇ ਅੱਛਾ ਦੇਖੋ ਮੈਂ ਇੱਕ ਦੋ ਗੱਲਾਂ ਹੋਰ ਕਹਿਣੀਆਂ ਚਾਹੁੰਦਾ ਵਾਲੀ ਮੇਰੇ ਦੇਖੋ ਸਾਡੀ ਨਾ ਇੱਕ ਤੁਸੀਂ ਹੁਣੇ ਆਪਣਾ ਨਵਜੋਦ ਜੀ ਨੇ ਕਿਹਾ ਕਿਸੇ ਨੇ ਕਿਹਾ ਮੈਂ ਸੌਰੀ ਆ ਮੇਰੇ ਡਾਕਟਰ ਹੈ ਨਹੀਂ ਤੇ ਤੁਸੀਂ ਕਹਿੰਦੇ ਨਹੀਂ ਨਹੀਂ ਸੌਰੀ ਨਹੀਂ ਮੇਰੇ ਵੀ ਵਾਨੀ ਬੇਟੀ ਡਾਕਟਰ ਹੈਦੀਗੀ ਐਂਡ ਆਈ ऍम ਸੌਰੀ ਟੂ ਉਹਦਾ ਕਾਰਨ ਸੌਣ ਲੋਕ ਕਿਉਂ ਮੇਰੀ ਲਾਈਫ ਹਾਂ ਹਾਂਜੀ ਮੇਰੀ ਆ ਲਾਈਫ ਬਹੁਤ ਚੇਂਜ ਹੋ ਗਈ ਜੇ ਮੇਰੀ ਬੇਟੀ ਹੁੰਦੀ ਮੇਰੀ ਲਾਈਫ ਬਹੁਤ ਡਿਫਰੈਂਟ ਹੋਣੀ ਸੀ ਜਿਵੇਂ ਆਮ ਪਿੰਡਾਂ ਦੇ ਜੱਟਾਂ ਦੀ ਗੱਲ ਹੁੰਦੀ ਆ ਵੀ ਆਰ ਕੇਅਰਲੈਸ ਜੇ ਕੱਲੇ ਮੁੰਡੇ ਹੋਣ ਤਾਂ ਕੀ ਆ ਲੜਾਈਆਂ ਝਗੜੇ ਸ਼ਰਾਬਾ ਕੋਰਟ ਕਚਹਿਰੀ ਆਲਵੇਸ ਇਹ ਸਾਰਾ ਕੁਝ ਜੇ ਮੇਰੇ ਬੇਟੀ ਹੁੰਦੀ ਮੈਂ ਪਹਿਲਾਂ ਹੀ ਡਰਨਾ ਸੀ ਮੈਂ ਇਹ ਕੁਝ ਨਹੀਂ ਕਦੇ ਵੀ ਨਹੀਂ ਸੀ ਕਰਨਾ ਤੋ ਬੇਟੀ ਦਾ ਹੋਣਾ ਬਹੁਤ ਜ਼ਰੂਰੀ ਆ ਔਰ ਬੜੇ ਮੁਬਾਰਕ ਲੋਕ ਨੇ ਜਿਨ੍ਹਾਂ ਦੇ ਬੇਟੀਆਂ ਨੇ ਸਭ ਨੂੰ ਆ ਦੇਖੋ ਅਖੀਰ ਤੇ ਮੈਂ ਗੱਲ ਇੰਨੀ ਕਰਨਾ ਹੈ ਬਈ ਬੇਟੇ ਦੇਖ ਮੈਂ ਜਿਵੇਂ ਕਹਿੰਦੇ ਹੁੰਦੇ ਆ ਨਾ ਨੋ ਹੈ ਕੰਮ ਕਰ ਤੇ ਪਤਾ ਨਹੀਂ ਧੀਏ ਗੱਲ ਸੋਣੇ ਗੱਲ ਮੈਂ ਕਿਸੇ ਲੋਕਾਂ ਨੂੰ ਆਮ ਕਹਿ ਰਿਹਾ ਦੇਖੋ ਜੀ ਕੈਨੇਡਾ ਦੇ ਵਿੱਚ ਗੱਲ ਇਹ ਆ ਬਈ ਜਦੋਂ ਟਾਈਮ ਐਂਡ ਆਉਂਦਾ ਨਾ ਬੇਟੀ ਨੇ ਹੀ ਡਾਕਟਰ ਦੇ ਲੈ ਕੇ ਜਾਣਾ ਹੂੰ ਹੂੰ Thank you. Thank you so much. I have a question. Hmm. Why are they treating girls like they're fancy? Like, oh, they can't do fighting, they can't do whatever the boys do. Okay. Like, if you had a girl, wouldn't it be the same? Like, my dad jokes around with me all the time like that. It doesn't bother me. Mm -hmm. I'm not fancy trying to be, but I do like to pretend I'm a princess. Mm-hmm and then i just pretend on my bed it's up so i go down the stairs and i pretend oh my princess waking up from my beauty sleep and then i go to my really fancy bathroom so it's, yeah, But fancy? i'm not actually fancy why do you do that then i just do it because it makes me feel like i'm fancy but i they, if he had a daughter he would she maybe think that way but if she was all about wrestling and fighting and sweating like a lot

Doing what they need. So, I'm thinking, mm -hmm. can I get vegetarian sushi today? Absolutely. Yay! <laughs> vegetarian sushi, huh? Okay, sure. On air, I'll commit. By the way, you eat something on Fridays, right? So, I didn't to for anything big. I thought, I don't know what to ask for, right? I'm not going to ask for PS5 yet or those shoes yet. Mm -hmm. Mm -hmm. I'm, I'm going to wait for getting those ਇੱਕ ਆਪਣੇ ਲਿਸਨਰ ਨੇ ਕਾਫੀ ਦੇਰ ਤੋਂ ਹੁਣ ਤੁਸੀਂ ਸਾਰੀ ਗੱਲ ਕਰਨੀ ਆ ਮੈਂ ਨਹੀਂ ਗੱਲ ਕਰਨੀ ਉਹਨਾਂ ਦੇ ਨਾਲ ਠੀਕ ਹੈ ਯੂ ਆਰ ਗੋਇੰਗ ਟੂ ਟਾਕ ਟੂ ਹਰ ਹਾਂ ਹਮ ਮੈਂ ਕਾਲ ਆਨ ਕਰ ਦਿਤੀ ਹੈ ਯੂ ਕੈਨ ਟਾਕ ਹੈਲੋ ਹੈਲੋ ਬਾਨੀ ਹਾਊ ਆਰ ਯੂ ਹੈਲੋ ਹਾਂਜੀ ਕੌਣ ਆ ਪਛਾਨਿਆ ਤੁਸੀ ਯੈਸ ਓ ਵਾਓ ਸੋ ਬਾਨੀ ਮੰਮੀ ਓਕੇ ਯੂ ਆਰ ਡੂਇੰਗ ਸੋ ਗੁੱਡ ਆ ਨੋ ਰਾਈਟ yeah you're doing amazing yeah i know ha hmm? bahut badhiya bol rahe ho pani i already knew that you're gonna call sachi mm -hmm. oh kithon pata hum mm -hmm. i will never tell sondo so, ha han ji kehndi i will never tell But, <laughs> main apne listenerso dasdiyan ki mamiyan de naal vi bani da khaas rishta hai especially kyunki i have so many so many so many oh, oh, mamiyan here only Hmm. a few more, yeah. two or three? yes. hani, 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 hani. hani, bani yeah, see, also. how you are going to be a good daughter? i already am. <laughs> you already are a good daughter. how how you can say you're a good daughter now? Hmm. I, I am a good daughter. i do so much for my mom. Hmm. i always do something for my dad too, not just my mom. see, every mm -hmm. time. Uh, I always, anytime my mom or dad come late from work, I always leave a note like sometimes for my dad mm -hmm. because he comes out like sometimes really late. So I leave mm -hmm. a note for him at like uh, 12 a.m. like when you come home, tell me in the morning if you are safe. So then mm -hmm. in the morning he'll tell me he's safe or not because I always like leaving notes and it always makes me happy. Hmm. Mm -hmm. Wow. Bunny, you are both nice so Really, you're a very good daughter. Yeah, but did you hear what Mamu said? No, I don't know. I haven't heard him. What He, he said that there, I was really actually. special. He said that I was the best daughter ever. And then, yes. that tops Eknur guys. Yeah, that yes. tops Eknur guys. Okay. <laughs> <laughs> thank you, sharanti no, Thank no. you. Okay, thank you. Thank you. Oh, I forgot to ask about Bonzo. Okay, that's okay. I was going to ask him today. thank you. ji to see Yes. You again brought good news. ਕਿਉਂਕਿ ਇਹਨਾਂ ਚੀਜ਼ਾਂ ਬਾਰੇ ਕਲੈਰਟੀ ਨਹੀਂ ਹੈ ਤੇ ਮੈਂ ਵੀ ਐਂਟੀ ਦੇਣਾ ਉਹਨਾਂ ਤੁਸੀਂ ਆਪੇ ਡਿਫਾਈਨ ਕਰਦੇ ਰਹਿੰਦੇ ਆ ਕਿ ਹੌਲੀ ਹੌਲੀ ਯੂਨੀਵਰਸਲ ਵਰਡ ਦੇ ਵਿੱਚ ਇੱਕ ਤਰ੍ਹਾਂ ਸਾਰੇ ਲੋਕੀ ਨੂੰ ਹੋਰ ਹੀ ਹੋੜੀ ਨੇਚਰ ਦੀ ਰਿਐਲਿਟੀ ਦੇ ਨੇੜੇ ਆ ਰਹੇ ਨੇ ਇਹਦਾ ਮਤਲਬ ਹੈ ਕਿ ਔਰਤ ਮਰਦ ਔਰ ਬੇਟੇ ਬੇਟੀ ਇਹਨਾਂ ਨੂੰ ਬਰਾਬਰ ਰਿਸਪੈਕਟ ਪੇਰੈਂਟਸ ਵੱਲੋਂ ਮਿਲਣੀ ਚਾਹੀਦੀ ਹੈ ਹਮਮ ਤੇ ਉਹ ਹੌਲੀ ਹੌਲੀ ਵੱਧ ਰਿਹਾ ਕੰਮ ਇਹ ਸਾਰੀ ਜਗ੍ਹਾ ਤੇ ਤੇ ਆਪਣੀ ਗੱਲ ਵੀ ਮੈਂ ਇਹੀ ਕਹਿਣਾ ਚਾਹਨਾ ਕਿ ਮੈਂ ਮੇਰੀਆਂ ਦੋ ਡਾਟਰ ਨੇ ਇੱਕ ਬੇਟਾ ਤੇ ਮੈਂ ਆਪਣੀਆਂ ਡਾਟਰ ਨੂੰ ਲਾਇਕ ਕਰਨਾ ਇੱਕ ਗੱਲ ਜਿਹੜੀ ਲੋਕਾਂ ਨੂੰ ਨਹੀਂ ਕਰਨੀ ਚਾਹੀਦੀ ਉਹ ਕਰਦੇ ਨੇ ਕਿ ਕਦੀ ਵੀ ਡਾਟਰ ਨੂੰ ਸੰ ਨਾਲ ਕੰਪੇਅਰ ਨਾ ਕਰੋ ਜਿਵੇਂ ਕਹਿੰਦੇ ਨਾ ਮੇਲ ਨੂੰ ਫੀਮੇਲ ਨਾਲ ਕੰਪੇਅਰ ਨਾ ਕਰੋ ਉਹ ਆਪੋ ਆਪਣੀ ਰੋਲ ਪਲੇਇੰਗ ਜ ਬੜੇ ਅੱਛੇ ਕੰਮ ਕਰਦੇ ਨੇ ਤੇ ਮੋਸਟ ਡਾਕਟਰ ਜਿਹੜੀਆਂ ਨੇ ਨਾ ਅਗਰ ਮਦਰ ਗੁੱਡ ਰੋਲ ਮਾਡਲ ਹੈ ਤਾਂ ਮੋਸਟ ਡਾਟਰ ਫਾਲੋ ਦਾ ਮਦਰ ਤੇ ਜੇ ਫਾਦਰ ਗੁੱਡ ਰੋਲ ਮਾਡਲ ਹੈ ਤਾਂ ਫਿਰ ਬੋਥ ਮੋਸਟ ਸਨ ਫਾਲੋ ਦਾ ਫਾਦਰਸ ਲਾਈਫਸਟਾਈਲ ਐਂਡ ਨਥਿੰਗ ਰੋਂਗ ਵਿਦ ਥੈਟ ਜਿਵੇਂ ਕਹਿੰਦਾ ਮੇਲ ਤੇ ਮੇਲ ਦੇ ਕੁਦਰਤ ਦੇ ਲਾਅ ਦੇ ਮੁਤਾਬਕ ਇਹਨਾਂ ਦੀ ਆਪੋ ਆਪਣੀ ਬੜੀ ਸਿਗਨੀਫੀਕੈਂਸ ਹੈ ਤੇ ਇਹਨਾਂ ਨੂੰ ਇੱਕ ਦੂਜੇ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਤੇ ਕੰਪੇਅਰ ਤੇ ਕੰਪੀਟ ਨਹੀਂ ਕਰਨਾ ਚਾਹੀਦਾ ਬਿਲਕੁਲ ਬਹੁਤ ਸਣੀ ਗੱਲ ਛੇੜੀ ਹੈ ਤੁਸੀਂ ਅਮਰ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕਾਲ ਕਰਨ ਲਈ ਥੈਂਕ ਯੂ ਸੋ ਮੱਚ ਹਮੇਸ਼ਾ ਤੁਸੀਂ ਇਹ ਸੁਨੇਹਾ ਲੈ ਕੇ ਆਉਂਦੇ ਹੋ ਤੇ ਬਾਣੀ ਨੇ ਕੁਝ ਕਹਿਣਾ ਸੀ ਹਾਂਜੀ ਬਾਣੀ ਮਮ ਜੀ ਜੀ ਹਰ ਬਿਲਕੁਲ ਆਹਾਂ ਜੀ ਜੀ ਮੈਕ ਐਕਚੁਅਲੀ ਹੇਰ ਬਿਲਕੁਲ ওকে ਦੈਨ ਕੀਪ ਥੈਟ ਇਨ ਮਾਈਂਡ ਹਮਮ ਸੋ ਮੈਂ ਕੀ ਕਰਨਾ ਕੀ ਨਹੀਂ ਕਰਨਾ ਰਾਈਟ ਡੋਨਟ ਕੰਪੇਅਰ ਮੀ ਟੂ ਅਨਹਲ ਆਹਾਂ ਓਕੇ ਓਕੇ ਵਾਟ ਐਸ ਐਂਡ ਦ ਅਦਰ ਵਨ ਆਮ That I follow you as a role model, but why can't I follow my dad as a role model? You can. Exactly, but he just said like differently mm -hmm. as, like, oh, the son will follow dad and daughter will follow mom. Like, I want to follow dad. Mm -hmm. See, I want to be a business. Girl Bunny, nobody stops up. you. I know, but I just don't understand. This is how you assume why certain I just things. Said it like that. But thank you for that. ਇੰਟਰਸਟਿੰਗ ਓਕੇ ਹੁਣ ਸਾਡੇ ਸੁਣਨ ਵਾਲੇ ਮੇਬੀ ਕੋਈ ਹੋਰ ਗੱਲਬਾਤ ਬਾਣੀ ਦੇ ਨਾਲ ਕਰਨਾ ਚਾਹੁੰਦੇ ਆ ਦੇ ਕੈਨ ਟਾਕ ਟੂ ਹਰ ਪਰ ਬਾਣੀ ਯੂ ਆਰ ਦਾ ਕੋ ਹੋਸਟ ਟੁਡੇ ਹੋਰ ਕੋਈ ਇਸ਼ੂਸ ਜਿਹੜੇ ਤੁਸੀਂ ਸੋਚਦੇ ਹੋ ਇਫ ਯੂ ਹੈਵ ਐਨੀ ਕੁਐਸਚਨਸ ਯੂ ਕੈਨ ਟਾਕ ਟੂ ਦਾ ਲਿਸਨਰਸ ਹਾਂਜੀ ਆਈ ਊਡ ਲਾਈਕ ਟੂ ਟਾਕ ਅਬਾਊਟ ਦਾ ਸਕੂਲ ਡਰੈਸ ਕੋਡ ਥੈਟ ਦੇ ਹੈਵ ਵਨ ਦੇ ਗੈਟ 올ਡਰ ਹੂ ਸਕੂਲ ਡਰੈਸ ਕੋਡਸ ਵਨ ਪੀਪਲ ਗੈਟ 올ਡਰ ਹੂੰ ਹੂੰ Right, and they're like, okay. So my school, we have to wear uniforms. Mm -hmm. But if I want to wear leggings, like tights, I have to wear a skirt on top. So currently, we are searching for dress pants. Acha. Mm -hmm. I'm also. Why it's like g girls have to wear like skirts, and when girls wear shorts, it's kind of weird. But I don't think it's weird. Shorts, nobody said it's weird, but I know. I just think that people, when girls wear shorts, the same ones as boys do, mm -hmm. they look different. Because girls usually wear sharp, sharp, um, tight shorts. Mm -hmm. And if the boys wear tight shorts and the girl wear loose ones, what's the difference? Mm -hmm. People just say it looks weird. But you No, I wear tight shorts and big shorts. Mm -hmm. So what's the question then? the question is why can't people agree upon that why don't people agree upon that okay koi hor vi question hai mande vich yeah why can't na ne live with me mm -hmm. like why when the boy gets married Punjab, punjabi vich kar sakde ho ha je na boy marry hunda kade phir ondi mom nu onna naal live karna paina kade ni uh, je to simre ho ae ਨਾਨੀ ਤੜਨਾ ਮੇਰੇ ਤੜਨਾ ਰਿੰਦੇਵ ਕਾ ਸਕਦੇ ਸਰਕ ਮੈਂ ਤੈਨੂੰ ਕੁਐਸਚਨ ਪੁੱਛਣਾ ਹੂ ਗਾਟ ਮੈਰੀਡ ਫਰਸਟ ਆਫ ਆਲ ਥਰੀ ਸਿਬਲਿੰਗਸ ਇਹ ਆਪਾਂ ਗੱਲ ਬਾਅਦ ਚ ਕਰ ਲਾਂਗੇ ਆਪਾਂ ਇੱਕ ਲਿਸਨਰ ਹੈ ਉਹਨਾਂ ਨੂੰ ਲੈਣਾ ਪਰ ਬਾਣੀ ਦਾ ਜਿਹੜਾ ਕੁਐਸਚਨ ਹੈ ਉਹ ਲਿਸਨਰਸ ਦੇ ਲਈ ਹੈ ਕਿ ਮਾਵਾ ਜਦੋਂ ਕੁੜੀਆਂ ਦੇ ਵਿਆਹ ਹੋ ਜਾਂਦੀਆਂ ਨੇ ਮਾਵਾ ਜਿਹੜੀਆਂ ਨੇ ਉਹ ਆਪਣੀਆਂ ਕੁੜੀਆਂ ਦੇ ਨਾਲ ਕਿਉਂ ਨਹੀਂ ਰਹਿ ਸਕਦੀਆਂ ਪਰ ਬਾਣੀ ਇੱਥੇ ਕਾਫੀ ਡਿਫਰੈਂਟ ਹੈ ਹੁਣ ਚੇਂਜ ਹੋਣਾ ਸ਼ੁਰੂ ਹੋ ਗਿਆ ਹੈ ਹੁਣ ਚੇਂਜ ਹੋਣਾ ਯਾ ਇਟ ਹੈ ਸਟਾਰਟਡ ਟੂ ਚੇਂਜ ਪਰ ਇੱਕ ਕੁਐਸਚਨ ਜ਼ਰੂਰ ਹੈਗਾ ਜੇ ਕੋਈ ਆਨਸਰ ਦੇਣਾ ਚਾਹੀਦਾ ਦੇ ਸਕਦਾ ਅਗਲੇ ਸਾਡੇ ਲਿਸਨਰ ਨੇ ਰਣਜੀਤ ਜੀ ਸਤਿ ਸ਼੍ਰੀ ਅਕਾਲ ਜੀ ਪਹਿਲੇ ਪਹਿਲੇ ਦਾ ਕਾ ਕਰ ਰਹੇ ਹੋ ਤੁਹਾਡੇ ਸ਼ੁਰੂ ਕਿ ਮੈਂ ਤੁਹਾਡੀ ਗੁੱਡੀ ਇੰਨੀ ਕਿਊਟ ਆ ਭਾਣੇ ਥੈਂਕ ਯੂ ਮੇਰੀ ਗੁੱਡੀ ਪ्युअर ਪੀ ਹੈਪੀ ਬੋਲਦੀ ਹੈ ਸਲਾਮ ਆ ਭਾਣੇ ਅੱਛਾ ਜੀ ਥੈਂਕ ਯੂ ਹਾਂਜੀ ਸੰਜੀਤ ਸਲਾਮ ਮੈਕੈਨਿਕ ਡੀਸ ਇੰਡੀਪੈਂਡੈਂਟ ਮੈਂ ਹੌਸਟ ਬਣ ਕੇ ਤੁਹਾਡੇ ਨਾਲ ਬਡੇ ਪ੍ਰੋਗਰਾਮੇ ਬਣੇ ਹਾਂ ਜੀ ਸ਼ੁਕਰੀਆ ਜੀ ਇਹਦੇ ਸੁਪਨੇ ਕੋਈ ਹੋਰ ਹੀ ਨਹੀਂ ਦੇਖਦੇ ਆ ਵੀ ਕਿੱਦਾਂ ਨੂੰ ਹੋਊਗੀ 100% ਕਿੰਨਾ ਬਣੇ 1% ਘੱਟ ਨਹੀਂ ਕਹਿੰਦਾ ਮੈਂ ਅੱਛਾ ਹਾਂਜੀ ਅੰਕ ਘਟਾਊਗੀ ਬਣੇ ਤੁਹਾਡੀ ਅਗਲੀ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ so much ਅੰਕਲ ਕੀ ਕਹਿ ਕੇ ਗਏ ਸਮਝ ਲੱਗੀ ਲਿਟਲ ਬਿਟ uncle ya host banugi banugi 100% he was that sure what do you want to be in life maybe some I people are be interested a fashion in designer uh -huh, fashion designer or a model or an influencer something like having being rich and having like a reality tv show Achha. like the kardashians pretty much but just with like me and ramatha ਹਮ ਹਮ ਸੋ ਰਮਤ ਤੁਸੀਂ ਸ਼ੋ ਵੀ ਪਲਾਨ ਕਰ ਰਹੇ ਹੋ نو we're not but i want that but i don't i've never talked about that with her that's not even close i've never talked to her about that okay ਮੈਨੂੰ ਇਹ ਦੱਸੋ ਸਪੋਸ ਤੁਸੀਂ ਟਾਕ ਸ਼ੋ ਹੈਗਾ ਤੁਹਾਡੇ ਕੋਲ ਤੁਸੀਂ ਵੱਡੇ ਹੋ ਗਏ ਆ ਕਿ ਕਿ ਕਿਹੋ ਜੇ ਇਸ਼ੂਜ਼ ਆ ਜਿਨ੍ਹਾਂ ਨੂੰ ਤੁਸੀਂ ਟੱਚ ਕਰਨਾ ਚਾਹੁੰਦੇ ਹੋ what do you want to do in those talk shows real issues like if i get a talk show alone hmm. i don't want to have one alone okay ਬੇਦਰ ਰਮਤ i already have one drama Mm -hmm. Monday to Friday. What issues uh, why people like crackers and cheese? Achcha. And why people don't like it better with frozen cheese? Mhm. Mm frozen cheese is the best with crackers. Okay. Nachos are uh why I don't like nachos? Mm -hmm. And why I don't like cheddar cheese and I only... so like can't be Diego no, we're just I'm just talking about cheese right now but mm -hmm. if I were to do other topics it would be like why is this leaf so green because we were finding leaves as shapes and hearts when we were at tofino mm-hmm me and Ramat and actually it was her dad that was doing it. Mm -hmm. He was making little hearts out of the leaves and just leaving a trail behind him. Achille, achille. And we're like, wait, I found another one, another one in the bushes. So we had to go down in there and get it. Mm -hmm. And we're like, Oh my god, we have so many, right? And then after I saw her dad pick a leaf and I saw him starting like making it mm -hmm. and then he made the heart and dropped it and I'm like, You're busted. ਮੇਰੇ ਨਾਲ ਇਸ 쇼 ਨੂੰ ਕੋ-ਹੋਸਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਮੇਰੀ ਆਪਣੀ ਡਾਟਰ ਬਾਣੀ ਏਕਸਕਿਊਜ਼ ਮੀ ਜੀ ਕੋਸ਼ਿਸ਼ ਕੋਸ਼ਿਸ਼ ਵਾਓ ਡੂ ਯੂ نو ਵਟ ਡਸ ਥੈਟ ਮੀਨ ਯਾ ਟ੍ਰਾਈਿੰਗ ਟ੍ਰਾਈਿੰਗ ਸੋ ਵਾਟ ਡੂ ਯੂ ਥਿੰਕ ਯੂ ਆ ਡੂਇੰਗ ਓਕੇ ਮੈਂ ਕਿਆ ਸੀ ਆਪਣੇ ਸੁਣਨ ਵਾਲਿਆਂ ਨੂੰ ਕਿ ਮੇਬੀ ਸਾਡੇ ਕੋਲ ਇੱਕ ਟਵਿਸਟ ਹੈ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸਾਡੇ ਇਸ ਪ੍ਰੋਗਰਾਮ ਦੇ ਪ੍ਰੋਡਿਊਸਰ ਨੇ ਰੋਮਨ ਪ੍ਰੀਤ ਉਹ ਸ਼ਾਮਿਲ ਹੋਏ ਨੇ ਤੇ ਰੋਮਨ ਕੀ ਲੈ ਕੇ ਆਏ ਹੋ ਵੈਲਕਮ ਸਤਿ ਸ਼੍ਰੀ ਅਕਾਲ ਨਵਜੋਤ ਜੀ ਤੇ ਸਾਰੇ ਸਰੋਤਿਆਂ ਨੂੰ ਵੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਜਿੱਦਾਂ ਕੀ ਡਾਇਨਾਮਿਕ ਡਿਊਓ ਸਾਡੇ ਨਾਲ ਬੈਠਾ ਵਾ ਨਵਜੋਤ ਢਿੱਲੋਂ ਤੇ ਬਾਣੀ ਢਿੱਲੋਂ ਮੈਨੂੰ ਅਜਿੰਨੀ ਜ਼ਿਆਦਾ ਆਪਣੇ ਆਪ ਨੂੰ ਖੁਸ਼ੀ ਹੋ ਰਹੀ ਆ ਨਾ ਇਹ ਸ਼ੋਅ ਜਦੋਂ ਹੋ ਰਿਹਾ ਵਾ ਕਿ ਦੈਟਸ ਦੈਟਸ ਸੋ ਗੁੱਡ ਇਹ ਰੋਮਨਦੀਪ ਪ੍ਰੋਡਕਸ਼ਨ ਆ ਪਿਓਰ ਰੋਮਨਦੀਪ ਪ੍ਰੋਡਕਸ਼ਨ ਆ ਇਹਦੇ ਵਿੱਚ ਮੇਰਾ ਕੋਈ ਰੋਲ ਨਹੀਂ ਅੱਜ ਨਹੀਂ ਨਹੀਂ ਜਿਹੜੇ ਆਈਡੀਆਜ਼ ਹੁੰਦੇ ਆ ਨਾ ਉਹ ਐਗਜ਼ੀਕਿਊਟ ਇੱਕ ਬੰਦਾ ਨਹੀਂ ਕਰ ਸਕਦਾ ਆਈਡੀਆਜ਼ ਨੂੰ ਐਪਰੀਸ਼ੀਏਟ ਕਰਨ ਵਾਲਿਆਂ ਦੀ ਜ਼ਿਆਦਾ ਐਪਰੀਸ਼ੀਏਸ਼ਨ ਹੁੰਦੀ ਆ ਜੀ ਸੋ ਹੁ ਨਵਜੋਤ ਜੀ ਤੇ ਬਾਣੀ ਜੀ ਦੇ ਨਾਲ ਇੱਕ ਛੋਟੀ ਜੀ ਗੇਮ ਖੇਲਾਂਗੇ ਦੇਖਾਂਗੇ ਕਿ ਮਦਰ ਨੂੰ ਡਾਟਰ ਬਾਰੇ ਜ਼ਿਆਦਾ ਪਤਾ ਵਾ ਕਿ ਡਾਟਰ ਨੂੰ ਮਦਰ ਬਾਰੇ ਜ਼ਿਆਦਾ ਪਤਾ ਹੈ ਹਲੋ ਜੀ ਅੱਜ ਸਾਰੇ ਪੋਲ ਖੁੱਲ ਜਾਣੇ ਆ ਆਰ ਯੂ ਗਾਇਜ਼ ਰੈਡੀ ਯੂ ਗੋਇੰ ਟੂ ਵਿਨ ਆਹ ਵਨ ওকে ਆਰ ਯੂ ਗਾਇਜ਼ ਰੈਡੀ ਬਿਲਕੁਲ ਬਿਲਕੁਲ ওকে ਸੋ ਫਰਸਟ ਕੁਐਸਚਨ ਮੇਰਾ ਹੈਗਾ ਵਾ ਜੀ ਨਵਜੋਤ ਜੀ ਦੇ ਲਈ ਤੇ ਤੁਸੀਂ ਨਵਜੋਤ ਜੀ ਪਹਿਲਾਂ ਸਾਨੂੰ ਦੱਸੋ ਬਾਣੀ ਦਾ ਫੇਵਰਿਟ ਕਲਰ ਕਿਹੜਾ ਵਾ you don't know <laughs> no bani da favorite color ta roz roz change hunda rehanda guess karo aajkal aajkal purple i don't like purple minus 1 so ta nu ek point ta bani da color change hunda rehanda since when have i liked purple see <laughs> <laughs> so, you know, okay. so, not like, what's answer? the favorite color of your mom your mom the favorite color she tells me it's right now red ooh, ooh. she told right? you <laughs> yeah she tells me like i asked her mom what's your favorite color she told me red but i don't know if that's the answer and that's the right, right answer Bani milda okay so right now Bani lead the ten abjo ji tusi minus 1 te <laughs> ओके ओके नेक्स्ट क्वेश्चन फॉर नवजोत जी हम्म ਬਾਣੀ ਇਦਾਂ ਦਾ ਕਿਹੜਾ ਵਰਡ ਆ ਜਾਂ ਫਿਰ ਇਦਾਂ ਦਾ ਕਿਹੜਾ ਫਰੇਜ਼ ਆ ਜਿਹੜਾ ਬਾਣੀ ਬਹੁਤ ਜ਼ਿਆਦਾ ਕਹਿੰਦੀ ਆ ਹੂੰ ਉਹ ਹੈ ਬਾਣੀ ਔਖਾ ਕੰਮ ਹੈ ਯੂ نو ਇਟ ਟਰਾਈ ਸੋਚੋ ਤੇ ਥੋੜਾ ਜਿਹਾ ਜ਼ੋਰ ਪਾਓ ਦਿਮਾਗ ਤੇ ਮਮਾ ਯੂ نو ਦਿਸ ਆਈ نو ਦਿਸ ਐਕਚੁਅਲੀ ਆਈ ਡੋਨਟ ਰੀਲੀ Like, care if we catch up or not, but like, you know, mm -hmm, mm -hmm. I'm gonna win, so. <laughs> I really don't know. <sighs> chalo guess karo koi. Yes, you do. She's lying. She's lying. She's lying. She's lying. No, I'm not. Sachi bani. Chello no, eko word guess karo koiwi. Ah, bani, adikal ton pataka min kidijal di poljandigal. Oh my <laughs> god. <laughs> Stop. Okay. Uh, nahin. No idea. So, bani, for sure. ਤੇ ਕੈਰਨ ਵਰਡ ਬੋਏ ਯੂਜ਼ ਕਰਦੀ ਆ ਓ ਅੱਛਾ 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 ਸੋ ਇੱਕ ਹੋਰ ਗਲਤ ਜਵਾਬ ਯੂ نو ਦੈਟ ਵਨ ਬਣੀ ਐਕਚੁਅਲੀ ਐਕਚੁਅਲੀ ਰੋਮਨ ਰੋਮਨ ਹਾਂਜੀ ਇਹ ਮੇਨਾ ਟ੍ਰਿਕ ਕਰ ਗਈ ਆ ਬਿਕੋਜ਼ ਇਹਨੇ ਮੈਨ ਕਿਹਾ ਸੀ ਕਿ ਕੈਰਨ ਦਾ ਤੁਸੀਂ ਨਾਂ ਨਹੀਂ ਲੈਣਾ ਉੱਥੇ ਜਾ ਸੋ ਬਣੀ ਇਹ ਤੇਰੀ ਪਲੈਨਿੰਗ ਸੀ ਨਾਟ ਗੁੱਡ ਯਾ ਬਟ ਆਈ ਕੈਨ ਸੇ ਆਈ ਜਸਟ ਨੇਵਰ ਸੈਡ ਸ਼ੀ ਕੁਡ Okay. Oh. She's going to twist the story and make it like, oh no, she says this to me. ਹਲੇ ਤੱਕ ਮੇਰਾ ਸਕੋਰ 0 ਹੈ ਤੇ ਦੇਖਦੇ ਆ। No, minus 2. Minus 2? ਅੱਛਾ minus 2. ਹਾਂਜੀ ਤੁਸੀਂ ਦੋ ਸਵਾਲਾਂ ਦੇ ਗਲਤ ਜਵਾਬ ਦਿੱਤੇ ਇਸ ਲਈ ਤੁਸੀਂ minus 2 ਤੇ ਹੋ। Wow. Okay. Okay. <laughs> and <laughs> Bani the 1 point ya hle tak. ਠੀਕ ਹੈ। ਅਗੇ ਹੁਣ ਕੀ ਹੈ? Okay. Bani, ਤੁਹਾਡੇ ਲਈ ਅਗਲਾ ਕੁਐਸਚਨ ਆ। ਕੀ ਤੁਹਾਡੇ ਮਮ ਨੂੰ ਇਦਾਂ ਦੀ ਕਿਹੜੀ ਸਿਚੁਏਸ਼ਨ ਆ ਜਿਹੜੀ ਬਿਲਕੁਲ ਵੀ ਨਹੀਂ ਪਸੰਦ ਲਾਈਕ ਵੁਲ ਸ਼ੀ ਡਿਸਲਾਈਕ ધ ਮੋਸਟ ਸ਼ੀ ਡਸ ਨੋਟ ਲਾਈਕ ਵੈਨ ਆਈ ਟਾਕ ਬੈਕ ਟੂ ਹਰ ਓਹ ਦੈਟਸ ਅ ਰੋਂਗ ਅਨਸਰ ਆ ਨੋ ਵਟ else ਕੈਡ ਬੀ ਸ਼ੀ ਡੋਨਟ ਲਾਈਕ ਵੈਨ ਸਮਬਡੀ ਲਾਈਜ਼ ਟੂ ਹਰ ਓਹ ਯਾ ਦੈਟ ਟੂ ਹਮ ਸੋ ਮਾ ਕਦੇ ਬੋਲੀਆ ਮਮਾ ਨਾਲ ਝੂਠ ਯਾ ਹਮ ਆ ਕੁੱਡ ਬੀ ਟੈਲਿੰਗ ਰਾਈਟ ਨਾਓ ਹਮ ओके ओके सो नेक्स्ट क्वेश्चन नवजोत जी ਤੋਂ ਦੇ ਲਿਆ ਆਹਾਂ ਬਾਨੀ ਦੀ ਬੈਸਟ ਫਰੈਂਡ ਕੌਣ ਹਮ ਬੈਸਟ ਫਰੈਂਡ ਰਾਬੀਆ ਨੋ ਮਾਈਨਸ 3 ਬੈਸਟ ਫਰੈਂਡ ਰਾਬੀਆ ਐਂਡ ਦ ਬੈਸਟ ਕਜ਼ਨ ਰਹਿਮਤ ਨੋ ਆ ਬਾਨੀ ਹੁਂ ਟੀਟ ਕਰ ਗਈ ਇਨੇ ਬੈਸਟ ਫਰੈਂਡ ਦੇ ਵਿੱਚ ਵੀ ਰਹਿਮਤ ਦਾ ਨਾਮ ਲਗਾਇਆ ਵਾ ਮੈਂ ਦੱਸ ਦਿੱਤਾ ਦੋਨੇ ਹੁਣ ਇਹਦਾ ਪੁਆਇੰਟ ਮੇਰਾ ਬਣਦਾ ਐਕਚੁਅਲੀ ਬੈਸਟ ਫਰੈਂਡ are you can have a point for that cuz it's rabia my other friend prisha and ramat okay so theek yeah. hai ideli me qualify kar li you can have a point give her half a half point theek hai ji dekho main clarify kar deta bani baad vich main ka bhi best cousin jedi hai par pehla answer toda galat si minus 2 and a half okay okay theek hai let's do it tadikal half point ta. so a hon bani next question ta delhi toade ਤੁਸੀਂ ਮਮ ਨੂੰ ਕਿਸ ਚੀਜ਼ ਦੇ ਵਿੱਚ ਹੈਲਪ ਕਰਦੇ ਹੋ ਜਿਹੜਾ ਉਹਨਾਂ ਨੂੰ ਲੱਗਦਾ ਵੀ ਕਿ ਤੁਸੀਂ ਉਹਨਾਂ ਨੂੰ ਹੈਲਪ ਕਰਦੇ ਹੋ ਵਨਐਵਰ ਸ਼ੀਜ਼ ਹਰਟ ਆਈ ਆਲਵੇਸ ਲਾਈਕ ਮਸਾਜ ਹਰ অর ਆਲਵੇਸ ਗੈਟ ਹਰ ਦ ਹੀਟ ਪੈਡ অর ਵਾਰਮ ਅਪ ਦ ਬੀਨ ਬੈਗ ਥਿੰਗ ਮਜਿਗ ਸੌਰੀ ਮਿਸ ਮਾਈਨਸ 1 ਹਾਊ ਕਾਜ਼ ਸ਼ੀ ਥਿੰਕਸ ਥੈਟ ਯੂ ਹੈਲਪ ਹਰ ਇਨ ਮੇਕਿੰਗ ਫੂਡ ਓ ਆਈ ਡੂ ਥੈਟ ਟੂ ਹਮ ਬਟ ਮਾਈਨਸ 1 I'm sorry. Yeah, <laughs> okay. <laughs> okay. Next winning. one Navjot ji tode li. Mm -hmm. ਰਹਿਮਤ ਨੂੰ ਖਾਣ ਦੇ ਵਿੱਚ ਸਭ ਤੋਂ ਜ਼ਿਆਦਾ ਕੀ ਪਸੰਦ ਆ? ਰਹਿਮਤ ਨੂੰ ਸੌਰੀ ਬਾਨੀ ਨੂੰ ਅਮੈਨ ਵੈਨ ਡਿਡ ਸ਼ੀ ਐਂਸਰ ਦੈਅ? ਓਕੇ ਬਾਨੀ ਨੂੰ ਖਾਣ ਦੇ ਵਿੱਚ ਕੀ ਪਸੰਦ ਆ? ਬਾਣੀ ਦੀ ਪਸੰਦ ਮੈਂ ਫਿਰ ਦੱਸਦਿਆਂ ਕਿ ਬਦਲਦੀ ਰਹਿੰਦੀ ਹੈ ਪਰ ਅੱਜ ਕੱਲ ਸੁਸ਼ੀ ਦਾ ਬਹੁਤ ਇੰਜਾਇ। ਓਕੇ 1. ਦਰਸ 1 ਮੋਰ ਦਰਸ 1 ਮੋਰ ਓਕੇ ਸੋ ਇੱਕ ਚੀਜ਼ ਹੋਰ ਉਹਨੂੰ ਬਹੁਤ ਪਸੰਦ ਆ। ਹਮ ਮਮਾ ਯੂ نو ਦਰਸ ਐਕਸਕਿਊਜ਼ ਮੀ ਇਫ ਆਈ ਗੈਟ ਇਟ ਰੋਂਗ ਲਾਈਕ ਮੇਰੇ ਕੋਲ ਇੱਕ ਚੀਜ਼ ਪੁੱਛੀ ਗਈ ਸੀ ਯਾ ਓਕੇ ਟੈਕਨੀਕਲੀ 1.1 ਹਾਂਜੀ ਸੋ ਦਾ ਦੂਜਾ ਜਿਹੜਾ ਆਪਸ਼ਨ ਸੀ ਉਹ ਸੀ ਫ੍ਰੈਂਚ ਫਰਾਈਜ਼ ਓਕੇ ਸੋ ਸ਼ੀ ਹੈਜ਼ 1 ਐਂਡ 1/2 ਪੁਆਇੰਟਸ 1 ਐਂਡ ਯਾ ਯੂ ਹੈਵ 1 ਐਂਡ 1/2 ਪੁਆਇੰਟਸ ਐਂਡ ਹੂ ਇਜ਼ ਲੀਡਿੰਗ ਨਾ ਸ਼ੀ ਹੈਜ਼ 1 ਐਂਡ 1/2 ਰਾਈਟ ਨਾਓ ਯੂ ਆਰ ਲੀਡਿੰਗ ਵਿਦ 1 ਐਂਡ 1/2 ਪੁਆਇੰਟਸ ਤੇ ਬਾਨੀ ਕੋਲ ਰਾਈਟ ਨਾਓ ਸਿਰਫ 1 ਪੁਆਇੰਟ ਯਾ ਵਾਹ ਬਾਨੀ ਵਾਹ ਯੂ ਵਿਨਿੰਗ ਬਾਈ 1/2 ਪੁਆਇੰਟ ਹਾਂਜੀ ਓਕੇ ਸੋ ਨੈਕਸਟ ਕੁਐਸਚਨ ਹੈਗਾ ਬਾਨੀ ਦੇ ਲਈ ਬਾਨੀ ਤੁਹਾਡੇ ਮਮ ਦੀ ਫੇਵਰਿਟ ਐਕਟੀਵਿਟੀ ਕੀ ਆ ਉਹਨਾਂ ਨੂੰ ਕੀ ਕਰਨ ਚ ਸਭ ਤੋਂ ਜ਼ਿਆਦਾ ਵਧੀਆ ਲੱਗਦਾ ਆਈ ਮਾਈਟ ਗੈਟ ਦਿਸ ਵਨ ਪ੍ਰੋਬਬਲੀ ਦੱਸੋ ਆਈ ਹੈਵ ਕੈਨ ਆਈ ਗਿਵ 3 ਆਨਸਰਸ ਨੋ ਯੂ ਕੈਨ ਗਿਵ 2 ਕੈਨ ਆਈ ਗੈਟ ਓ ਯਾ ਯੂ ਵਿਲ ਗੈਟ ਹਾਫ ਪੁਆਇੰਟ ਇਫ ਯੂ ਗੈਟ ਫਰਸਟ ਵਨ ਰਾਈਟ ਸਪੈਂਡਿੰਗ ਟਾਈਮ ਵਿਦ ਮੀ ਅਹਾ ਸਪੈਂਡਿੰਗ ਟਾਈਮ ਵਿਦ ਮੀ অর ਮਾਈ ਡੌਗ অর or sleeping oh minus 1 bunny the answer is reading minus 1 oh yeah next hmm. question for navjot ji mm -hmm. um let's like see bani nu ki lagda va ki tusi o di help sab to zyada kis cheez de vich karde ho how you help her the most mm -hmm. this one you should know sandwich <laughs> no. <laughs> <That power. laughs> no 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 huh? the thing you do the best the thing i do the best mm. it's your job do your literal job <laughs> ਕਤ ਨਹੀਂ ਮੈਂ ਬਣੀ ਲਈ ਤਾਂ ਸਾਰਾ ਦਿਨ ਫੂਡ ਹੀ ਕੁੱਕ ਕਰਦੀ ਹਾਂ ਨਾ ਆਈ ਜਸਟ ਕੁਕਡ ਅ ਫੂਡ ਫਾਰ ਨੋ ਬਣੀ ਦਾ ਅਨਸਰ ਆ ਜਿਹੜੀ ਚੀਜ਼ ਵਿੱਚ ਤੁਸੀਂ ਉਹਦੀ ਸਭ ਤੋਂ ਜ਼ਿਆਦਾ ਹੈਲਪ ਕਰਦੇ ਹੋ ਉਹ ਹੈਗੀ ਆ ਤੁਸੀਂ ਉਹਦੇ ਨਾਲ ਗੱਲਾਂ ਕਰਦੇ ਹੋ ਦ ਵੇ ਯੂ ਟਾਕ ਟੂ ਹਰ ਇਟਸ ਦੈਟਸ ਦ ਮੋਸਟ ਹੈਲਪਫੁਲ ਐਂਡ ਨਾਈਟ ਆ ਆਲਵੇਸ ਆਸਕ ਯੂ ਮਮ ਆ ਕੈਨਟ ਸਲੀਪ ਸੋ ਲਿਕ ਟਾਕ ਟੂ ਮੀ ਐਂਡ ਸਟਫ ਤਾਂ ਫਿਰ denn ਕਰਦੀ ਕੀ ਹੈ ਮੈਂ ਆਲਟੀਮੇਟਲੀ ਸੌਣ ਦੇ ਵਿੱਚ ਹੈਲਪ ਕਰ ਲੈਂਦੀ ਆ ਨੋ ਆਲਟੀਮੇਟਲੀ ਯੂ ਜਸਟ ਟਾਕ ਟੂ ਮੀ ਓਕੇ ਠੀਕ ਚਲੋ ਇਹਦਾ ਵੀ ਨਹੀਂ ਤੁਹਾਨੂੰ ਪੁਆਇੰਟ ਮਿਲਣਾ ਹੁਣ ਆਪਣੇ ਕੋਲ ਤਿੰਨ ਹੋਰ ਸਵਾਲ ਰਹਿ ਗਏ ਆ ਬਸ ਓਕੇ ਹਾਊ many ਪੁਆਇੰਟਸ ਸੋ ਬਾਨੀ ਰਾਈਟ ਨਾਓ ਤੁਹਾਡੇ ਮਮ ਦੇ ਹੈਗੇ ਆ 1 ਐਂਡ 1/2 ਐਂਡ ਤੁਹਾਡੇ ਹਲੇ ਵੀ ਹੋ ਨਹੀਂ ਡਸਨਟ ਮਾਈ ਮਮ ਹੈਵ ਓਨਲੀ 1/2 ਐਂਡ ਓਕੇ ਲੈਟ ਹਰ ਕੈਲਕੂਲੇਟ ਲੈਟ ਲੈਟ ਹਰ ਕੈਲਕੂਲੇਟ ਸੋ ਯਰ ਮਮ ਵਾਟ ਯਰ ਮਮ ਲਾਈਕਸ ਟੂ ਈਟ ਦ ਮੋਸਟ ਉਹਨਾਂ ਨੂੰ ਖਾਣ ਚ ਸਭ ਤੋਂ ਜ਼ਿਆਦਾ ਕੀ ਪਸੰਦ ਹੈ ਹਾਂਜੀ ਦੱਸੋ ਬਾਨੀ ਵੈਜੀਟੇਬਲਸ <laughs> okay technically she's right Navjot D likes salad so one more point okay. for Bani and Bani is a leading uh, by half point you. now uh -huh. okay next question Bani nu sab toh zyada what she dislike the most like the situation bani nu anhad irritate oh wait yeah change my answer <laughs> <laughs> one point to Navjot ji <laughs> <but>, uh, <laughs> Awkwardness, but like. But that's the correct answer. Correct. See another one. brother <laughs> Bani <laughs> <laughs> Sounds okay. good. So Thank now Joji is leading. Give extra half point for that. <laughs> <laughs> okay, I can do that. So okay. three points and Bani at two. So now Joji is leading. You this. Mm -hmm. Oh no no no, you can't say that. <laughs> I just did. Okay, next question. Uh, what your mom always say? Like, we the phrase hoga. Yeah, for COVID, so the word has <laughs> got. Hmm, it's hard, huh? Right? Um, can it be something like she says to my dog? No, you. <laughs> me, 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 me. Okay. Bunny, time cut. Right, you have to I actually don't know. Wait, let me guess. Um. Time cut. Right, Bunny. ਟਿਕ ਟਿਕ 1 ਬੇਬੀ ਬਿਕੋਜ਼ ਮਾਈ ਡੌਗ ਐਂਡ ਮੀ ਟਿਕ ਟਿਕ 2 ਨਹੀਂ ਜੀ ਨੋ ਗੱਲ ਨਹੀਂ ਬਣੀ ਸੋ ਨਵਜੋਤ ਜੀ ਤੁਸੀਂ ਇਹ ਆਪਣੇ ਆਪ ਦੱਸੋਗੇ ਬਾਣੀ ਨੂੰ ਕਿ ਤੁਸੀਂ ਉਹਨੂੰ ਸਭ ਤੋਂ ਜ਼ਿਆਦਾ ਕੀ ਕਹਿੰਨੇ ਹੋ ਤੇ ਯੂ ਵਾਂਟ ਹਰ ਟੂ ਲਾਈਕ ਲਰਨ ਥਿਸ ਥਿੰਗ ਬਾਣੀ ਯੂ ਨੀਡ ਲਿਸਨਿੰਗ ਪ੍ਰੈਕਟਿਸ ਵੇਟ ਵਾਟ ਲਿਸਨਿੰਗ ਪ੍ਰੈਕਟਿਸ ਸੀ ਯੂ ਸ਼ੁੱਡ ਪ੍ਰੈਕਟਿਸ ਨਾਓ ਓਕੇ ਸੋ ਇੱਕ ਹੋਰ ਕੁਐਸਚਨ ਗਲਤ ਤੇ ਨਵਜੋਤ ਜੀ ਤੁਹਾਡੇ ਲਈ ਅਗਲਾ ਵੇਟ ਵਾਟ ਵਾਸ ਯਰ ਆਨਸਰ This thing. You need Wait, what? answer? was the answer. Yeah. you <laughs> need see see you did not listen didn't <laughs> no. listen did not listen wait you say that oh okay I get it I get it okay hanji okay so ਤੁਹਾਨੂੰ ਕੀ ਲੱਗਦਾ ਬਾਣੀ ਦੇ ਅਨੁਸਾਰ ਉਹਨੂੰ ਕੀ ਲੱਗਦਾ ਵਾ ਕਿ ਜਿਹੜੀ ਚੀਜ਼ ਤੁਹਾਨੂੰ ਸਭ ਤੋਂ ਜ਼ਿਆਦਾ ਪਸੰਦ ਆ ਉਹਦੇ ਬਾਰੇ you love when she dash sings Aww. no smiles no when she's singing no eat something that she made for you mm, that's right actually i like when you eat food that i made hmm. like i made her a, a cake out of bread and peanut butter and jelly just or oh, those three ingredients and then i give it to my mom and she like i'm on a diet so she ate like half of it now <laughs> like the last slice and then the rest is for my dad cuz he was working outside oh that's sweet actually <laughs> <laughs> haan ji kinna kalamba reh really gaya kam taade layi bas do question uh ho re hai ik question tusi baniware hor dasso oh di sab to pasandidar activity ya fir onu sab to vadhia ki karan nu lagda i know you forgot your answer right i guess sir i know the answer mhm mm ਐਕਟੀਵਿਟੀ ਬਾਣੀ ਦੀ ਬਾਣੀ ਜਿਮਨਾਸਟਿਕ ਲਾਈਕ ਕਰਦੀ ਹੈ ਜਿਮਨਾਸਟਿਕਸ ਪਰਫੈਕਟ 1 ਪੁਆਇੰਟ ਐਂਡ ਯੂਅਰ ਸਕੋਰ ਇਜ਼ 4 ਬਾਣੀ ਹੁਣ ਤੁਹਾਨੂੰ ਮੈਂ ਦੋ ਕੁਐਸ਼ਨ ਪੁੱਛੂੰਗੀ ਇੱਕ ਕੁਐਸ਼ਨ ਹੋਗਾ ਤੁਹਾਡਾ ਬੋਨਸ ਕੁਐਸ਼ਨ ਕਾਜ਼ ਰਾਈਟ ਨਾਓ ਤੁਹਾਡੇ ਕੋਲ ਸਿਰਫ 2 ਪੁਆਇੰਟ ਆ ਵਾਓ ਥੈਂਕ ਯੂ ਰਾਈਟ ਮੀਨ ਲੋ ਜੇਕਰ ਤੁਸੀਂ ਦੋਨੋਂ ਕੁਐਸ਼ਨਸ ਦੇ ਸਹੀ ਆਨਸਰ ਦਿੱਤੇ ਦੈਨ ਆਈ ਵਿਲ ਗਿਵ ਯੂ 1 ਐਕਸਟਰਾ ਪੁਆਇੰਟ ਠੀਕ ਹੈ ਹੂ ਇਜ਼ ਯੂਅਰ ਮਮਸ ਬੈਸਟ ਫਰੈਂਡ ਓ ਓ ਅਮ ਰੋਮਨ Ooh, <laughs> plus one <laughs> <laughs> and second. Mm. I know this. You knew this. I knew it. How I do you know that? that? I was about to say Mm-hmm. Yes, again. See? That, would that work? Yes. So half point You're right, more. Money. So you just need to give me one more correct answer oh, no. to win. So right now, you have three and a half, and your mom have four. Mm -hmm. Will take, take away those points if I get that wrong? Oh, uh, no. Okay. 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 So, why you love your mom? What your mom thinks that why you love her? Oh, like, because I've just, she's my mom, and I love her, her personality, and how much she helps me with everything. And? And just the way I always help her, and she always asks me for fashion advice. And what's your mom's age? H O <laughs> 49 <laughs> o <Ooh>, perfect so <laughs> is game day main sare saroteyan nu dasna chahungi ki eh jehdi apa choti ji game kheliya edey vijeta ne bani tallo no. navjot je tu haar gaye no way yes you did bani di jit ah jehdi hai bani mubarak meri apni haar de vich meri jit ho gayi that's complicated you're not going to understand yeah. that. These i know these are mother talks like ek maa hi eh ho jya kirdaar hundi hai jehdi apne haar te vi apni bacche di jit dekh ke te apni haar te khush ho sakdi hai ek maa hi hundi hai jehdi apne bacche nu gille to chak ke aap gille te pa sakdi hai so oda hai daughters day hai but mere vallon sari mothers nu vi congratulations kyunki oh vi kithe na kithe kise na kise de ਡਾਟਰ ਹੀ ਨੇ ਤਾਂ ਫੇ ਉਹ ਡਾਟਰ ਤੋਂ ਹੀ ਮਦਰ ਬਣੇ ਨੇ ਬਿਲਕੁਲ ਆਈ ਵਾਸ ਗੋਇੰਗ ਟੂ ਸੇ ਥੈਟ ਇਹ ਹੀ ਕਹਿਣਾ ਸੀ ਹੈ ਨਾ ਠੀਕ ਹੈ ਥੈਂਕ ਯੂ ਥੈਂਕ ਯੂ ਰੋਮਨ ਥੈਂਕ ਯੂ ਰੋਮਨ ਵੀ ਬਹੁਤ ਪਿਆਰੀ ਬੇਟੀ ਹੈ ਰੋਮਨ ਇੱਕ ਵਾਰੀ ਮੈਂ ਤੁਹਾਨੂੰ ਵੀ ਕੰਗ੍ਰੈਚੁਲੇਟ ਕਰਦੀ ਹਾਂ ਇਹ ਸਾਰਾ ਥੈਂਕ ਯੂ ਯੈਸ ਸਾਡੀ ਅੱਜ ਦੇ ਇਸ ਸ਼ੋਅ ਦੇ ਇਹ ਅਸੀਂ ਉਸ ਮੋੜ ਤੇ ਪਹੁੰਚ ਗਏ ਹਾਂ ਕਿ ਸ਼ੋਅ ਖਤਮ ਕਰਨਾ ਸੀ ਮੇਰੇ ਕੋਲ ਮੇਰੀ ਨਾਲ ਮੇਰੀ ਡਾਟਰ ਹੈ ਬਾਣੀ ਢਿੱਲੋਂ ਤੇ ਕੁਝ ਮਿੰਟਾਂ ਦੇ ਲਈ ਅਸੀਂ ਸ਼ਾਮਿਲ ਕਰ ਰਹੇ ਹਾਂ ਇੱਕ ਹੋਰ ਡਾਟਰ ਮੈਂ ਇਹ ਕਹੂੰਗੀ ਕਿ ਬਾਣੀ ਇਹਨੂੰ ਆਪਣੀ ਬੈਸਟ ਫਰੈਂਡ ਵੀ ਮੰਦੀ ਹੈ ਬੈਸਟ ਕਜ਼ਨ ਵੀ ਮੰਦੀ ਹੈ ਰਹਿਮਤ ਦਾ ਨਾਮ ਕਈ ਵਾਰ ਆਇਆ ਸੋ ਰਹਿਮਤ ਨੂੰ ਵੀ ਸ਼ਾਮਿਲ ਕਰ ਰਹੇ ਹਾਂ ਹਾਈ ਰਹਿਮਤ ਹਾਈ ਹਾਈ ਕਿਦਾਂ ਫੀਲ ਕਰ ਰਹੇ ਹੋ ਗੁੱਡ ਗੁੱਡ ਐਂਰਵਸ ਐਂਰਵਸ ਓਕੇ ਦੈਟਸ ਨੈਚੁਰਲ ਥੋੜੀ ਦੇਰ ਪਹਿਲਾਂ ਇੱਕ ਹੋਰ ਫਰੈਂਡ ਦੀ ਗੱਲ ਹੋਈ ਸੀ ਬਾਣੀ ਤੁਸੀਂ ਹੈੱਡਫੋਨ ਲਾ ਲੋਗੇ ਇੱਕ ਫਰੈਂਡ ਦੀ ਹੋਰ ਗੱਲ ਹੋਈ ਸੀ ਐਂਡ ਸ਼ੀ ਇਜ਼ ਵਿਦ ਅਸ ਹੈਲੋ ਹੈਲੋ ਹਾਈ ਰਾਬੀਆ ਹਾਈ ਮਨੀ ਹਾਈ ਵਾਟ ਆਰ ਯੂ ਡੂਇੰਗ ਆਈ ਆਮ ਟਾਕਿੰਗ ਟੂ ਯੂ ਗਾਇਜ਼ ਨੋ ਵੇ ਰੀਲੀ ਰਾਬੀਆ ਰਾਬੀਆ ਹੈਪੀ ਇੰਟਰਨੈਸ਼ਨਲ ਡਾਟਰਸ ਡੇ ਬੇਟਾ ਥੈਂਕ ਯੂ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਬਾਣੀ ਨੂੰ ਅ ਹੈਪੀ ਜਨੈਵਰੀ ਡੇ ਐਂਡ ਥੈਂਕ hello hanji hi hi <laughs> and yeah and yeah mm -hmm. <laughs> uh davie are you a really nice black friend no way really i didn't know that <laughs> yes thank you beta thank you so much thank you they quickly hun rehmat uh, aa gayi hai kyunki studio de vich sade naal ਇਹਨਾਂ ਨੂੰ ਕੁਝ ਲੱਗਦਾ ਪਲਾਨ ਕੀਤਾ ਹੋਇਆ ਜਦੋਂ ਦੀ ਮੈਂ ਕੱਲ ਦੀ ਕਹਿ ਰਹੀ ਆ ਬਾਣੀ ਨੂੰ ਕਿ ਬਾਣੀ ਆਪਾਂ ਪ੍ਰੋਗਰਾਮ ਪਲਾਨ ਕਰਨਾ ਪਲਾਨ ਨਹੀਂ ਕੀਤਾ ਸੋ ਹੁਣ ਅਚਨਚੇਤ ਅਚਾਨਕ ਮੈਨੂੰ ਨੇ ਕਿਹਾ ਕਿ ਅਸੀਂ ਕੁਝ ਕਹਿਣਾ ਚਾਹੁੰਦੇ ਹਾਂ ਅਸੀਂ ਕਰਨਾ ਚਾਹੁੰਦੇ ਹਾਂ ਹਾਂਜੀ ਰਹਿਮਤ ਐਂਡ ਬਾਣੀ ਵਾਟ ਯੂ ਵਾਂਟ ਟੂ ਸੇ ਵਾਟ ਯੂ ਵਾਂਟ ਟੂ ਡੂ ਜੀ ਆਪਣੇ ਕੋਲ ਟਾਈਮ ਬਹੁਤ ਘਟਿਆ ਜਸਟ 2 ਮਿੰਟਸ ਵੈਲਕਮ ਬੈਕ ਟੂ ਨਿਊਜ਼ 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 ਐਂਡ ਨਿਊਜ਼ 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 ਵਿਦ ਬਾਣੀ ਐਂਡ ਰਹਿਮਤ ਹਾਈ ਵਾਟ ਇਜ਼ ਥੈਟ Today, we are going to be talking about International Daughters Day. One question that I've been having the whole entire day, I know it's like a, on Sunday, but still. <laughs> and a question that I've been having is: if we have, can we turn Daughters Day into every day and change the Sunday? Because, like, we have Sunday almost every week. Every week, I know, right? And that is so unfair for us fellow daughters <laughs> because my brother gets a celebration every week. But and we, can we change saturday into like some type of daughters' day? i know, right? that would be so much better, so much easier. and that's a really good thing for daughters' day because sons are being appreciated way too much. can't they take a break someday? yes. and another thing, sign this petition. yeah, this petition that i'm holding. In my what mind. is that petition about? Uh, about uh, having a saturday turned into daughters' day. but david, you explained. ਅਮ ਸੰਡੇ ਚੇਂਜ ਕਰਕੇ ਅਸੀਂ ਸੈਟਰਡੇ ਨੂੰ ਚੇਂਜ ਕਰਕੇ ਸੰਡੇ ਐਵਰੀ ਵੀਕ ਆਉਂਦਾ ਹੈ ਫਿਰ ਉਹ ਬੋਇਜ਼ ਨੂੰ ਬਹੁਤ ਅਪਰੀਸ਼ੀਏਟ ਕਰਦਾ ਪਰ ਕਹਿੰਦੇ ਆ ਸੈਟਰਡੇ ਅਸੀਂ ਕਰੋਗੇ ਚੇਂਜ ਡਾਟਰਸ ਦੇ ਨੂੰ ਬਟ ਯੂ ਗਾਟ ਯੂਰ ਸਪੈਲਿੰਗਸ ਰੋਂਗ ਥੈਟ ਮੀਨਸ ਇਟਸ ਨਾਟ ਸੰਡੇ ਇਟਸ ਸੰਡੇ ਆਈ ਨੋ ਆਈ ਨੋ ਉਹ ਯੂ ਨਾ ਰਹਾ ਬਟ ਹਜੇ ਵੇ ਤੁਹਾਨੂੰ ਇਦਾਂ ਸਾਊਂਡ ਕਰਦਾ ਕਿ ਇਹ ਸਨ ਸਨ ਸਾਊਂਡ ਕਰਦਾ ਇਸ ਤਰ੍ਹਾਂ ਕਿਉਂ ਨਹੀਂ ਕਰਦੇ ਕਿ ਤੁਸੀਂ ਜਿਹੜਾ ਸੰਡੇ ਆ ਉਹਦਾ ਨਾਂ ਹੀ ਕੁਝ ਹੋਰ ਰੱਖ ਲਓ ਸੈਂਸ ਵੀ ਨਹੀਂ ਬਣਾਉਂਦਾ ਸੰਡੇ ਸੰਡੇ ਐਵਰੀ ਡੇ ਆਉਂਦਾ ਜੇ ਰੇਨਿੰਗ ਹੋਏ ਹ ਜੇ ਰੇਨਿੰਗ ਹੋਏ ਸੰਡੇ ਤਾਂ ਵੀ ਰਹਿੰਦਾ ਹਾਂ ਹਾਂ ਗਿਨਾ ਅ ਵੀਅਰ ਡਮ ਨੇਮ ਸੋ ਫੰਡੇ ਰੱਖ ਲੈ ਜਾਣਾ ਚਾਹੀਦਾ ਯੈਸ ਸੋ ਜਾਂ ਜਿਹੜਾ ਸੰਡੇ ਐ ਉਹ ਸੰਡੇ ਤੋਂ ਚੇਂਜ ਕਰਕੇ ਜੇ ਕੋਈ ਨੇ ਚੇਂਜ ਕਰ ਦਿੱਤਾ ਫਿਰ ਚੇਂਜ ਕਰਾ ਸੰਸਪ੍ਰਿਸ਼ਨ ਜੇ ਕੋਈ ਚੇਂਜ ਕਰ ਸਕਦਾ ਅ ਅੱਜ ਦਾ ਇਹ ਪ੍ਰੋਗਰਾਮ ਅਸੀਂ ਉਸ ਮੋੜ ਤੇ ਪਹੁੰਚ ਗਏ ਹਾਂ ਕਿ ਹੁਣ ਖਤਮ ਕਰਨਾ ਹੈ ਕਿਉਂਕਿ ਇਹਨਾਂ ਡਾਟਰਜ਼ ਨੇ ਆਪਣੀ ਗੱਲ ਭਾਵੇਂ ਹਾਸੇ-ਹਾਸੇ ਦੇ ਵਿੱਚ ਕਹੀ ਐ ਸੰਡੇ S U N D Y ਇਸ ਨਾਟ ਸੰਡੇ ਇਟਸ ਸੰਡੇ ਰਾਈਟ ਸੰਡੇ ਸੰਡੇ ਸੋ ਇਹਨਾਂ ਨੂੰ ਇਹ ਸਾਊਂਡ ਕਰਦਾ ਕਿ ਇਹ ਸੰਡੇ ਆ ਮੀਨਸ ਪੁੱਤਰਾਂ ਦਾ ਦਿਨ ਹੈ ਕਹਿੰਦੇ ਕਿ ਬੇਟੀਆਂ ਦਾ ਨਾਮ ਵੀ ਕੋਈ ਨਾ ਕੋਈ ਬੇਟੀਆਂ ਦੇ ਨਾਮ ਦੇ ਉੱਤੇ ਵੀ ਡੇ ਹੋਣਾ ਚਾਹੀਦਾ ਹਾਂਜੀ ਬੱਚੇ ਯੂ ਆਰ ਔਨ 에ਅਰ ਰਾਈਟ ਨਾਓ ਨੋ ਵਿਸਪਰਿੰਗ ਕਹਿੰਦੇ ਇੱਕ ਪਟੀਸ਼ਨ ਸਾਈਨ ਕਰੋ ਜੇ ਕੋਈ ਚੇਂਜ ਕਰ ਸਕਦਾ ਇਹ ਸੰਡੇ ਜਾਂ ਫਿਰ ਡਾਟਰਸ ਡੇ ਵੀ ਰੱਖ ਲਓ ਜਾਂ ਫਿਰ ਸੰਡੇ ਦਾ ਚੇਂਜ ਕਰ ਦਿਓ ਇਹਦੇ ਨਾਲ ਕੋਈ ਚੇਂਜ ਨਹੀਂ ਆਉਣ ਵਾਲੀ ਐਨੀ ਮੈਸੇਜ ਕਿ ਇਹ ਤਾਂ ਚਲੋ ਫੰਡ ਏ ਵਾਲੀ ਗੱਲ ਹੋ ਗਈ ਫਨੀ ਗੱਲ ਹੋ ਗਈ ਦੈਟ ਬਿਕੋਜ਼ ਦੈਟ ਇਜ਼ ਨਾਟ ਸੰਡੇ ਦੈਟਸ ਸੰਡੇ ਠੀਕ ਹੈ ਇਹ ਗੱਲ ਤਾਂ ਤੁਸੀਂ ਮੰਨਦੇ ਹੋ ਹੋਰ ਜੇ ਤੁਸੀਂ ਕੋਈ ਡਾਟਰਸ ਲਈ ਮੈਸੇਜ ਦੇਣਾ ਐਟ ਦਾ ਐਂਡ ਆਫ ਦਾ ਸ਼ੋਅ Please appreciate daughters. Yeah, like be nice to them and stuff. How can we do that? Appreciate kita kariye? Listen to them. By being nice to them. When they ask you something, don't answer as in, oh, go ask your mother or, oh, go, go, ask, go ask your dad. Ask, like, actually be interested in what they're talking to you. Hmm. Mm -hmm. Be like, oh, mom, uh, what color is this? And they're like, oh, go ask your dad. I'm too bored and busy right now. Mm -hmm. So, isra not ਹੋਰ ਕੀ ਹੋਣਾ ਚਾਹੀਦਾ ਰਹਿਮਤ ਤੁਸੀਂ ਕੀ ਚਾਹੁੰਦੇ ਹੋ ਕਿ ਡਾਟਰਜ਼ ਲਈ ਕੀ ਕੀਤਾ ਜਾਵੇ ਪੇਰੈਂਟਸ ਕੀ ਕਰਨ ਨੋ ਯੂ ਟੈਲ ਸ਼ੀ ਹਰ ਅਲਡੀ ਟੋਲ ਸਮਥਿੰਗ ਯੈਸ ਤੁਸੀਂ ਕਿਹਾ ਕਿ ਲਿਸਨ ਟੂ ਥੈਮ ਹਾਂ ਯੈਸ ਹੋਰ ਸੋ ਦੇ ਆਸਕ ਫੋਰ ਸਮਥਿੰਗ ਡੂ ਇਟ ਓਕੇ ਅਪਰੀਸ਼ੀਏਟਮ ਅਪਰੀਸ਼ੀਏਟ ਐਵਰੀਬਾਡੀ ਨਾਟ ਜਸਟ ਡਾਟਰਜ਼ ਐਵਰੀਬਾਡੀ ਓਕੇ ਤੋੜੀ ਇਹ ਵੀ ਗੱਲ ਮੰਨ ਲਈ Ke appreciate karo daughters di listen karo. Da, so daughters no ki karna Appreciate their parents. Yeah, appreciate okay. their parents a lot. Mm -hmm. But don't forget, with every good parent comes an absolute amazing child. Say it again. Don't forget, with a good parent comes with an absolute amazing child. What does that mean in Punjabi? Ba bacha. Ba ਜੇ ਪੁੱਲੇ ਹੋਣਾ ਜੇ ਜੇ ਚੰਗਾ ਹੋਗਾ ਪੈਰੈਂਟ ਫਿਰ ਇੱਕ ਬੱਚਾ ਵੀ ਬਹੁਤ ਬਹੁਤ ਚੰਗਾ ਹੋਗਾ that's amazing ਬਹੁਤ ਵਧੀਆ थैंक यू ਰਹਿਮਤ ਐਂਡ थैंक यू ਵਾਨੀ ਈ ਵਕਤ ਉਮੀਦ ਕਰਦੀ ਹਾਂ ਕਿ ਸਾਡੀ ਅੱਜ ਦੀ ਇਹ ਜਿਹੜੀ ਗੱਲਬਾਤ ਹੈ ਇਹ ਸਾਡੇ ਸੁਣ ਵਾਲਿਆਂ ਨੂੰ ਚੰਗੀ ਲੱਗੀ ਹੋਏਗੀ ਅਸੀਂ ਆਉਂਦੇ ਦਿਨਾਂ ਦੇ ਵਿੱਚ ਇਸ ਪ੍ਰੋਗਰਾਮ ਨੂੰ YouTube ਤੇ ਵੀ ਪਾਉਣ ਦੀ ਕੋਸ਼ਿਸ਼ ਕਰਾਂਗੇ ਤੋ ਤੁਹਾਡੀ ਕੋਈ ਫੀਡਬੈਕ ਹੈ navjot@shirepunjabradio.ca ਤੇ ਤੁਸੀਂ ਈਮੇਲ ਕਰ ਸਕਦੇ ਹੋ ਮੈਨੂੰ ਇਹ ਗੱਲ ਪੱਕੀ ਹੈ ਕਿ ਡਾਟਰਸ ਨੇ ਜਿੰਨੀਆਂ ਇਹ ਗੱਲਾਂ ਕੀਤੀਆਂ ਹਾਸੇ-ਹਾਸੇ ਦੇ ਵਿੱਚ ਕੀਤੀਆਂ ਨੇ ਪਰ ਕਈ ਗੱਲਾਂ ਜਿਹੜੀਆਂ ਨੇ ਇਹ ਹਾਸੇ-ਹਾਸੇ ਦੇ ਵਿੱਚ ਗੰਭੀਰ ਗੱਲਾਂ ਵੀ ਕਰਕੇ ਗਈਆਂ ਨੇ ਸਪੈਸ਼ਲੀ ਜਿਹੜੀ ਲਾਸਟ ਗੱਲ ਬਾਣੀ ਨੇ ਕੀਤੀ ਹੈ ਮੈਂ ਉਮੀਦ ਕਰਦੀ ਹਾਂ ਕਿ ਇਸ ਚੀਜ਼ ਨੂੰ ਸਮਝਿਆ ਜਾ ਸਕੇ ਅੱਜ ਦੇ ਇਸ ਪ੍ਰੋਗਰਾਮ 'ਚ ਨਹੀਂ ਇਹ ਗੱਲਾਂ ਬਾਤਾਂ